ਹੈ ਕਿ ਨਹੀਂ, ਉਹਨੇ ਸਾਬਤ ਕਰਤਾ ਵੀ ਆਹ ਦੇਖੋ ਚਿੱਟਾ ਕਿੰਨਾ ਚਾਹੀਦਾ, ਉਹ ਸਾਹਮਣੇ ਅੱਜ ਦੇ ਟ੍ਰਿਬਿਊਨ 'ਚ ਆਇਆ ਹੋਇਆ। ਜੇ ਆਪਣੇ ਹਲਕੇ ਦੀ ਉਹ ਗੱਲ ਕਰ ਲਈਏ, ਆਹ ਮਹੀਨਾ ਪਹਿਲਾਂ 2 ਕੁਇੰਟਲ ਭੁੱਕੀ ਜਿਹੜੀ ਹੈ ਚਮਕੌਰ ਸਾਹਿਬ ਦੇ ਨੇੜੇ ਫੜੀ ਗਈ ਹੈ। ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ, ਉਹਨਾਂ ਦੇ ਖਾਸ ਬੰਦਾ ਅਵਤਾਰ ਸਿੰਘ, ਉਹਦੇ ਕੋਲ 4000 ਕੈਪਸੂਲ ਜਿਹੜੇ ਹੈ ਉਹ ਫੜੇ ਗਏ ਨੇ। ਸੋ ਕਿੱਦਾਂ ਅਸੀਂ ਕਹਿ ਸਕਦੇ ਹਾਂ, ਨਾਲ 4 ਹਫ਼ਤੇ ਕਹੇ ਸੀ ਕੈਪਟਨ ਸਾਹਿਬ ਨੇ, ਅਤੇ ਹੁਣ ਤਾਂ 2.5 ਸਾਲ ਹੋ ਗਏ ਆ, ਅੱਜ ਵੀ ਚੇਨ ਉੱਦਾਂ ਹੀ ਕਾਇਮ ਹੈ, ਕਿਉਂਕਿ ਇਹਦੇ 'ਚ ਮਿਲੀ ਭੁਗਤ ਹੈ ਸਰਕਾਰ ਦੀ ਔਰ ਸਮਗਲਰਾਂ ਦੀ ਔਰ ਪੁਲਿਸ ਦੀ। ਇਹ ਇੱਕ ਨੈਕਸਸ ਹੈ, ਇਹ ਸਰਕਾਰ ਚਾਹੁੰਦੀ ਨਹੀਂ ਨਾ ਇਹ ਪੁਲਿਸ ਚਾਹੁੰਦੀ, ਕਿਉਂਕਿ ਇਹਨਾਂ 'ਚੋਂ ਹੀ ਤਜੋਰੀਆਂ ਜਿਹੜੀਆਂ ਨਸ਼ਿਆਂ ਦੇ ਥਰੂ ਆਪਣੀਆਂ ਤਜੋਰੀਆਂ ਭਰ ਰਹੇ ਨੇ। ਬਿਲਕੁਲ, ਇਹਨਾਂ ਦਾ ਕਹਿਣਾ ਕਿ 4 ਹਫ਼ਤੇ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ, ਪਰੰਤੂ ਨਸ਼ੇ ਹਾਲੇ ਤੱਕ ਬਰਕਰਾਰ। ਕੀ ਕਹਿਣਾ ਵਕਰ ਸਾਹਿਬ ਤੁਸੀਂ? ਮੈਂ ਇਸ ਗੱਲ ਤੋਂ ਬੜਾ ਹੈਰਾਨ ਹਾਂ ਕਿ ਮੇਰੇ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਅੱਜ ਇਹ ਗੱਲ ਕਰਨ ਲੱਗ ਪਏ ਕਾਂਗਰਸ ਵਾਲੇ ਕਿ ਇੱਕ ਇੰਟਰਨੈਸ਼ਨਲ ਜਿਹੜੀ ਹੈ ਉਹ ਬਿਮਾਰੀ ਹੈ ਨਸ਼ਿਆਂ ਦੀ। ਔਰ ਅੱਜ ਤੋਂ 3 ਸਾਲ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਦੋਂ ਸਰਕਾਰ 'ਤੇ ਬਲੇਮ ਲਾਇਆ ਜਾਂਦਾ ਸੀ, ਝੂਠਾ ਪ੍ਰਚਾਰ ਕੀਤਾ ਜਾਂਦਾ ਸੀ ਕਿ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਨਸ਼ਿਆਂ 'ਚ ਲਿਪਤ ਹੈ। ਔਰ ਅੱਜ ਤੁਸੀਂ ਦੇਖ ਰਹੇ ਹੋ ਪਿਛਲੇ ਦਿਨਾਂ 'ਚ ਕਾਂਗਰਸੀ MLA ਦੇ ਖਾਸ ਬੰਦੇ ਕਿਸੇ ਕੋਲੋਂ ਅਫੀਮ ਫੜੀ ਜਾ ਰਹੀ ਹੈ, ਕਿਸੇ ਕੋਲੋਂ ਕੋਈ ਨਸ਼ਾ ਫੜਿਆ ਜਾ ਰਿਹਾ, ਜਿਵੇਂ ਮੇਰੇ ਸਾਹਮਣੇ ਹੁਣੇ ਭਾਈ ਸਾਹਿਬ ਨੇ ਦੱਸਿਆ ਕਿ ਮੰਤਰੀ ਦੇ ਖਾਸ ਬੰਦੇ ਤੋਂ 4000 ਕੈਪਸੂਲ ਫੜਿਆ। 4 ਹਫ਼ਤਿਆਂ 'ਚ ਨਸ਼ੇ ਖਤਮ ਕਰਨ ਦੀ ਸਹੁੰ ਗੁਟਕਾ ਸਾਹਿਬ ਹੱਥ 'ਚ ਖੜ ਕੇ ਖਾਣ ਵਾਲੇ ਮੁੱਖ ਮੰਤਰੀ ਜਾਂ ਉਹਨਾਂ ਦੇ ਬੰਦੇ ਅੱਜ ਆਪਣੇ ਦਿਲ 'ਤੇ ਹੱਥ ਰੱਖ ਕੇ ਦੱਸਣ ਕਿ ਪੰਜਾਬ 'ਚ ਨਸ਼ਾ ਖਤਮ ਹੋਇਆ ਕਿ ਨਹੀਂ। ਰਾਦਰ ਮੈਂ ਕਹਿੰਦਾ ਕਿ ਪਿਛਲੇ 2.5 ਸਾਲ 'ਚ ਨਸ਼ਾ ਬਹੁਤ ਜ਼ਿਆਦਾ ਵਧਿਆ ਪੰਜਾਬ 'ਚ, ਕੋਈ ਸ਼ਹਿਰ ਦੀ ਕੋਈ ਗਲੀ ਨਹੀਂ, ਕੋਈ ਇਹੋ ਜਿਹਾ ਖੁੰਝਾ ਨਹੀਂ ਜਿੱਥੇ ਅੱਜ ਨਸ਼ਾ ਨਾ ਮਿਲਦਾ ਹੋਵੇ। ਬੜੀ ਆਸਾਨੀ ਨਾਲ ਨਸ਼ੇ ਵਿਕ ਰਹੇ ਆ, ਔਰ ਬੜੀ ਇਸ ਗੱਲ 'ਚ ਨਮੋਸ਼ੀ ਅੱਜ ਪੰਜਾਬ ਦੇ ਵਾਸੀਆਂ ਨੂੰ, ਜਿਨ੍ਹਾਂ ਨੇ ਜਿਹੜੇ ਕਹਿੰਦੇ ਸੀ ਕਿ ਅੱਜ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਤਾਂ ਜੋ ਸਰਕਾਰ ਦਾ ਹਾਲ ਹੈ ਸਾਡੇ ਸਾਰਿਆਂ ਦੇ ਸਾਹਮਣੇ। ਸੋ ਗੱਲ ਕਰਦੇ ਹਾਂ ਆਮ ਲੋਕਾਂ ਦੇ ਨਾਲ, ਨਸ਼ਿਆਂ ਨੂੰ ਲੈ ਕੇ ਕੀ ਕਹਿਣਾ ਨਸ਼ਿਆਂ ਨੂੰ ਲੈ ਕੇ ਜੀ? ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਹੈ ਰਣਵੀਰ ਸਿੰਘ ਜੀ। ਰਣਵੀਰ ਸਿੰਘ ਜੀ, ਤੁਸੀਂ ਗੱਲਬਾਤ ਸੁਣੀ ਜਿਹੜੀ ਹੈਗੀ ਆ, ਕਾਂਗਰਸ ਦੇ ਜਿਹੜੇ ਹੈਗੇ ਨੁਮਾਇੰਦੇ ਇੱਥੇ ਖੜੇ ਆ, ਨਸ਼ਿਆਂ ਦੀ ਗੱਲ ਕੀਤੀ ਹੈ 4 ਹਫ਼ਤੇ 'ਚ ਖਤਮ ਕਰ? ਦੇਖੋ ਜੀ, ਇਹ ਗੱਲ ਸਪਸ਼ਟ ਆ ਕਿ ਸਾਰੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ, DGP ਸ਼ਸ਼ੀ ਕਾਂਤ ਨੇ ਇੱਕ ਰਿਪੋਰਟ ਬਣਾਈ ਸੀ, 13 ਪੰਜਾਬ ਦੇ ਜਿਹੜੇ ਮੰਤਰੀ ਸੀ ਉਹਦੇ ਵਿੱਚ ਹੀ ਕਾਂਗਰਸ ਦੇ ਵਿੱਚ ਹੀ ਅਕਾਲੀਆਂ ਦੇ ਉਹਨਾਂ ਦੇ ਨਾਮ ਸੀ ਵੀ ਇਹ ਬੰਦੇ ਨਸ਼ੇ ਵਿਕਾ ਰਹੇ ਨੇ। ਉਹਦੇ ਵਿੱਚ OP ਸੋਨੀ ਦਾ ਨਾਮ ਸੀ, ਮਜੀਠੀ ਦਾ ਨਾਮ ਸੀ, ਤੇ ਉਹ DGP ਨੇ ਜਿਹੜੀ ਲਿਸਟ ਸੀ ਹਾਈਕੋਰਟ ਨੂੰ ਦਿੱਤੀ ਸੀ, ਕਾਂਗਰਸ ਸਰਕਾਰ ਉਹ ਲਿਸਟ ਕਢਾ ਕੇ ਉਹ ਲੀਡਰਾਂ ਤੇ ਕਾਰਵਾਈ ਕਿਉਂ ਨਹੀਂ ਕਰਦੀ ਹੈਗੀ? ਪੁਲਿਸ ਸਿਆਸੀ ਗੁੰਡਾ ਗੱਠਜੋੜ ਆ ਜਿਹੜਾ ਨਸ਼ਿਆਂ ਦੇ ਵਿੱਚ, ਉਹ ਗੱਲ ਕਰਦੇ ਚੇਨ ਤੋੜੀ ਆ, ਚੇਨ ਜਿਹੜੇ ਸਿਆਸੀ ਲੀਡਰ ਨੇ ਕਿਹੜੇ ਫੜੇ ਆ? ਆਹ ਪਿਛਲੇ ਦਿਨਾਂ ਵਿੱਚ ਬਹੁਤ ਵੱਡਾ ਸਮਗਲਰ ਫੜਿਆ, ਉਹਨੂੰ ਜੇਲ੍ਹ ਦੇ ਵਿੱਚ ਹੀ ਮਾਰਤਾ ਕਿਉਂਕਿ ਉਹਨੇ ਨਾਮ ਲੈਣੇ ਸੀ ਅੱਗੇ। ਇਸ ਕਰਕੇ ਕਹਿਣ ਦੀਆਂ ਗੱਲਾਂ ਨੇ, ਪੰਜਾਬ ਦੇ ਨੌਜਵਾਨਾਂ ਦੇ ਵਿੱਚ ਸਰਿੰਜਾਂ ਜਦੋਂ ਆਪਣੀ ਬਾਡੀ 'ਚ ਲੱਗਦੀਆਂ ਨੇ ਉਦੋਂ ਨਿਕਲ ਨਹੀਂ ਰਹੀਆਂ, 46 ਦਿਨਾਂ 'ਚ 67 ਮੁੰਡੇ ਮਰ ਰਹੇ ਨੇ ਪੰਜਾਬ ਦੇ ਵਿੱਚ। ਇਹ ਕਹਿਣ ਦੀਆਂ ਗੱਲਾਂ ਨੇ ਵੀ ਅਸੀਂ ਬਹੁਤ ਨਸ਼ਾ ਖਤਮ ਕਰਤਾ, ਪਰ ਪੰਜਾਬ ਦੇ ਵਿੱਚ ਲੋਕਾਂ ਨੂੰ ਅਸਲ ਦੇ ਵਿੱਚ ਤਸਵੀਰ ਬਿਲਕੁਲ ਕਲੀਅਰ ਆ ਕਿ ਇਹ ਡਰਾਮਾ ਹੋ ਰਿਹਾ ਜੀ। ਸੁਣਿਆ ਤੁਸੀਂ ਜਿਹੜੀ ਹੈਗੀ ਜਨਤਾ ਦੀ ਆਵਾਜ਼ ਵੀ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਗੱਲਬਾਤ, ਨਸ਼ਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਦੀ ਜਿਹੜੀ ਹੈਗੀ ਆ ਕਾਰਜ ਪ੍ਰਣਾਲੀ ਜਿਹੜੀ ਹੈਗੀ ਕਿਤੇ ਨਾ ਕਿਤੇ ਜਿਹੜੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਦੂਜਾ ਸਵਾਲ ਕਰਾਂਗੇ ਇਹਨਾਂ ਨੂੰ ਜਿਹੜਾ ਹੈਗਾ, ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਗਈ ਸੀਗੀ ਭੁੱਲਰ ਸਾਹਿਬ ਤੇ ਜਿਹੜੀ ਹੈਗੀ ਆ, ਉਸ ਤੋਂ ਬਾਅਦ ਕਿਹਾ ਗਿਆ ਸੀ ਅਗਰ ਨੌਕਰੀ ਨਹੀਂ ਦਿੱਤੀ ਜਾਂਦੀ ਤਾਂ 2500 ਰੁਪਇਆ ਜਿਹੜਾ ਹੈਗਾ ਪੱਤਾ ਦਿੱਤਾ ਜਾਵੇਗਾ ਜਿਹੜੇ ਨੌਜਵਾਨ ਨੂੰ ਨਹੀਂ ਮਿਲਦੀ। ਸਰਕਾਰ ਇਹਦੇ ਵਿੱਚ ਵਾਸਤੇ ਕੀ ਕੀਤਾ 2.5 ਸਾਲਾਂ 'ਚ? 2.5 ਸਾਲਾਂ ਦੇ ਵਿੱਚ ਸਰਕਾਰ ਵੱਲੋਂ ਨੌਕਰੀਆਂ ਜਿਹੜੀਆਂ ਸਰਕਾਰੀ ਤੌਰ 'ਤੇ ਹੁਣ ਵੀ ਤੁਸੀਂ ਦੇਖਿਆ ਹੋਣਾ ਬਿਜਲੀ ਬੋਰਡ 6000 ਦੀ ਐਡ ਆਈ ਹੋਈ ਆ, 60000 ਜਿਹੜੀਆਂ ਨੌਕਰੀਆਂ ਦੇਣ ਦਾ ਪ੍ਰੋਸੈਸ ਪੰਜਾਬ ਪੁਲਿਸ ਆ, ਇਰੀਗੇਸ਼ਨ ਆ, ਹੋਰ ਡਿਪਾਰਟਮੈਂਟਾਂ ਦੇ ਵਿੱਚ ਹੈਲਥ ਡਿਪਾਰਟਮੈਂਟ ਆ, 60000 ਦੀ ਜਿਹੜੀ ਭਰਤੀ ਪ੍ਰਕਿਰਿਆ ਚੱਲ ਰਹੀ ਆ, 40000 ਨੌਕਰੀ ਸਰਕਾਰੀ ਤੌਰ 'ਤੇ ਦਿੱਤੀ ਜਾ ਚੁੱਕੀ ਆ, ਔਰ ਕਰੀਬ 8 ਲੱਖ ਦਾ ਅੰਕੜਾ ਜਿਹੜਾ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਜਵਾਨਾਂ ਨੂੰ ਨੌਕਰੀ ਦਿੱਤੀ ਆ, ਕਿਉਂਕਿ ਸਾਰੇ ਪੰਜਾਬ ਨੂੰ ਸਰਕਾਰੀ ਸੈਕਟਰ 'ਚ ਨੌਕਰੀ ਕੋਈ ਵੀ ਸਰਕਾਰ ਅਜੇ ਨਹੀਂ ਦਿੱਤੀ ਜਾ ਸਕਦੀ, ਪੋਸੀਬਲ ਨਹੀਂ, ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਦਿੱਤੀ ਜਾ ਰਹੀ, ਕਿਉਂਕਿ ਇੰਡਸਟਰੀ ਅਸੀਂ ਮੰਗ ਰਹੇ ਹਾਂ ਪੰਜਾਬ 'ਚ, ਇੰਡਸਟਰੀ ਦੇ ਵਿੱਚ ਜੇ ਆਊਗੀ ਤਾਂ ਉਹਦੇ ਵਾਸਤੇ ਇੰਪਲਾਇਮੈਂਟ ਦੀ ਵੀ ਲੋੜ ਆ, ਨੌਜਵਾਨਾਂ ਨੂੰ ਰੁਜ਼ਗਾਰ ਦੀ ਵੀ ਲੋੜ ਆ,
ਇਸ ਕਰਕੇ ਬਹੁਤ ਮੈਕਸੀਮਮ ਜਿਹੜੀ 8 ਲੱਖ ਦੇ ਕਰੀਬ ਨੌਕਰੀ ਉਹ ਪ੍ਰਾਈਵੇਟ ਸੈਕਟਰ 'ਚ ਦਿੱਤੀ ਗਈ ਆ, ਔਰ ਥਾਂ ਥਾਂ ਹੁਣ ਵੀ ਸਰਕਾਰ ਵੱਲੋਂ ਮੇਲੇ ਲਾ ਕੇ ਘਰ ਘਰ ਨੌਕਰੀ ਦਾ ਪ੍ਰਬੰਧ ਕੀਤਾ ਜਾ ਰਿਹਾ। ਹਾਂਜੀ ਚੰਨੀ ਸਾਹਿਬ, ਕਿੰਨਾ ਸਹਿਮਤ ਹੋ ਇਹਨਾਂ ਦੇ ਜਿਹੜੇ ਹੈਗੇ ਅੰਕੜੇ ਦੇ ਰਹੇ ਨੌਕਰੀਆਂ ਲਈ? ਦੇਖੋ ਜੀ, ਇਹ ਬਿਲਕੁਲ ਹੀ ਸਰਾਸਰ ਝੂਠ ਹੈ। ਅਗਰ ਇਹ ਕਹਿੰਦੇ ਆ ਵੀ 10 ਲੱਖ ਨੌਕਰੀ ਦਿੱਤੀ ਹੈ, ਤਾਂ ਫਿਰ ਇਹ ਲਿਸਟ ਜਾਰੀ ਕਰਨ ਵੀ ਹਾਂ ਇਹਨਾਂ ਇਸ ਡਿਸਟ੍ਰਿਕਟ 'ਚ ਇੰਨੇ ਬੰਦਿਆਂ ਨੂੰ, ਕਿਸੇ ਨੂੰ ਨਹੀਂ। ਮੇਰੇ ਮੁਤਾਬਿਕ, ਮੇਰਾ ਖਿਆਲ 10,000 ਵੀ ਨੌਕਰੀ ਨਹੀਂ ਹਾਲੇ ਤੱਕ ਇਹਨਾਂ ਨੇ ਦਿੱਤੀ ਹੋਣੀ, ਜਦਕਿ 50 ਲੱਖ ਜੇ ਆਪਾਂ ਹਰ ਪਰਿਵਾਰ ਦਾ ਲਾਈਏ ਤਾਂ ਘੱਟੋ ਘੱਟ 50 ਲੱਖ ਪਰਿਵਾਰ ਹੈ ਪੰਜਾਬ ਦਾ, ਤਾਂ 2.5 ਸਾਲ ਹੋ ਗਏ, 25 ਲੱਖ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ। ਇੱਕ ਨੌਕਰੀ ਦਾ ਜ਼ਰੂਰ ਪਤਾ ਕਿ ਬੇਅੰਤ ਸਿੰਘ ਦੇ ਪੋਤੇ ਨੂੰ ਜ਼ਰੂਰ ਦਿੱਤੀ ਇਹਨਾਂ ਨੇ, ਬਾਕੀ ਦੀ ਕਿਸੇ ਦੀ ਲਿਸਟ ਹਾਲੇ ਤੱਕ ਜਾਰੀ ਨਹੀਂ ਹੋਈ। ਹਾਂਜੀ ਮੱਕੜ ਸਾਹਿਬ, ਜਿਹੜਾ ਅੰਕੜੇ ਦੱਸੇ ਨੌਕਰੀਆਂ ਜਿਹੜੇ ਭੱਲਾ ਸਾਹਿਬ ਨੇ, ਕੀ ਕਹਿੰਦੇ? ਨੌਕਰੀਆਂ ਦੇ ਨਾਂ 'ਤੇ ਮੈਂ ਸਮਝਦਾ ਵੀ ਨੌਜਵਾਨਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਜਾ ਰਿਹਾ। ਜਿਹੜੀ ਰੁਜ਼ਗਾਰ ਮੇਲਿਆਂ ਦੀ ਗੱਲ ਕੀਤੀ ਜਾ ਰਹੀ ਹੈ, ਅਸੀਂ ਬੜਾ ਨੇੜੇ ਹੋ ਕੇ ਰੁਜ਼ਗਾਰ ਮੇਲਿਆਂ ਨੂੰ ਦੇਖਦੇ ਹਾਂ, ਉੱਥੇ ਨੌਕਰੀਆਂ ਕੀ ਦਿੱਤੀਆਂ ਜਾ ਰਹੀਆਂ। ਅੱਜ ਪ੍ਰਾਈਵੇਟ ਸਕੂਲਾਂ ਨੂੰ ਅਧਿਕਾਰੀ ਪੁੱਛਦੇ ਜਾ ਕੇ ਵੀ ਤੁਸੀਂ ਜਿਹੜਾ 5,000 'ਤੇ ਟੀਚਰ ਰੱਖਣਾ ਸਿਰਾ ਨਾ ਰੱਖੋ, ਸਾਡੇ ਰੁਜ਼ਗਾਰ ਮੇਲੇ 'ਚ ਉਹਨੂੰ ਭੇਜੋ। ਦੁਕਾਨਦਾਰਾਂ ਨੂੰ ਕਿਹਾ ਜਾਂਦਾ ਜਿਹੜੇ ਤੁਸੀਂ ਦੁਕਾਨਾਂ 'ਤੇ ਮੁੰਡੇ ਰੱਖਣੇ ਆ ਉਹ ਸਿੱਧੇ ਨਾ ਰੱਖੋ, ਉਹ ਸਾਡੇ ਰੁਜ਼ਗਾਰ ਮੇਲੇ ਦੇ ਥਰੂ ਰੱਖੋ। ਇਹੋ ਜਿਹੀਆਂ ਨੌਕਰੀਆਂ ਜਿਹੜੀਆਂ ਉਹ ਰੁਜ਼ਗਾਰ ਮੇਲਿਆਂ 'ਤੇ ਦਿੱਤੀਆਂ ਜਾ ਰਹੀਆਂ। ਬੀ ਟੈਕ ਮੁੰਡੇ ਪੜ੍ਹੇ ਲਿਖੇ ਨੌਜਵਾਨ ਜਿਨ੍ਹਾਂ ਨਾਲ ਇਹ ਵਾਅਦਾ ਕਰਕੇ, ਉਹਨਾਂ ਨਾਲ ਸਟਾਮ ਭਰ ਭਰ ਕੇ ਇਹ ਮਤਲਬ ਵਾਅਦੇ ਕੀਤੇ ਗਏ ਸੀ ਤੁਹਾਨੂੰ ਘਰ ਘਰ ਨੌਕਰੀ ਦੇਵਾਂਗੇ, ਅੱਜ ਉਹ ਮਾਯੂਸ ਨੇ। ਅੱਜ ਪੰਜਾਬ ਦਾ ਹਰ ਵਰਗ ਜਿਹੜਾ ਉਹ ਮਾਯੂਸ ਹੈ ਨੌਕਰੀਆਂ ਦੇ ਨਾਂ 'ਤੇ। ਜਿਹੜਾ ਨੌਜਵਾਨਾਂ ਨਾਲ ਬਹੁਤ ਭੱਦਾ ਮਜ਼ਾਕ ਕੀਤਾ ਜਾ ਰਿਹਾ, ਕਿਸੇ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਮੋਟਰਸਾਈਕਲ ਚਲਾਓ, ਮੋਟਰਸਾਈਕਲਾਂ 'ਤੇ ਜਾ ਕੇ ਸਵਾਰੀਆਂ ਛੱਡ ਕੇ ਆਓ, ਕਿਸੇ ਨੂੰ ਕੁਛ ਕਿਸੇ ਨੂੰ ਕੁਛ, ਇਹੋ ਜਿਹੀਆਂ ਨੌਕਰੀਆਂ ਸਰਕਾਰ ਜਿਹੜੀ ਹੈ ਉਹ ਦੇ ਰਹੀ ਹੈ। ਬਹੁਤ ਨੌਜਵਾਨ ਮਾਯੂਸ ਨੇ। ਬਿਲਕੁਲ, ਸਾਡੇ ਨਾਲ ਨੌਜਵਾਨ ਵੀ ਇੱਥੇ ਖੜੇ ਨੇ, ਨੌਕਰੀਆਂ ਦੇ ਜਿਹੜੀ ਹੈਗੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਨੇ, ਪੁੱਛਦੇ ਇਹਨਾਂ ਨੂੰ ਸਰਕਾਰ ਜਿਹੜੀ ਹੈਗੀ ਆ ਕਿੰਨਾ ਕੁ ਜਿਹੜੀ ਹੈਗੀ ਆ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਵਿੱਚ ਸਫਲ ਹੋਈ ਹੈ। ਮੇਰਾ ਨਾਮ ਰੋਹਿਤ ਹੈ ਜੀ। ਜਿਹੜੇ ਹੈਗੇ ਆ ਕਾਂਗਰਸ ਦੇ ਨੁਮਾਇੰਦੇ, ਉਹ ਦੱਸ ਰਹੇ ਕਿ ਨੌਕਰੀਆਂ ਬਹੁਤ ਦਿੱਤੀਆਂ ਜਾ ਰਹੀਆਂ, ਰੋਜ਼ਗਾਰ ਮੇਲੇ ਲਗਾਏ ਜਾ ਰਹੇ, ਕਿੰਨਾ ਸਹਿਮਤ ਹੋ ਜੀ? ਰੁਜ਼ਗਾਰ ਮੇਲੇ ਤਾਂ ਇੱਕ ਰੁਜ਼ਗਾਰ ਮੇਲੇ ਦੇ ਨਾਂ 'ਤੇ ਨੌਜਵਾਨਾਂ ਨਾਲ ਮਜ਼ਾਕ ਕਰ ਰਹੀ ਹੈ ਸਰਕਾਰ। ਸਿਰਫ ਆਪਾਂ ਪੰਜਾਬ ਸਰਕਾਰ ਨੇ, ਜਿਹੜੀ ਸੈਂਟਰ ਗੌਰਮੈਂਟ BJP ਗੌਰਮੈਂਟ ਹੈ, ਉਹ ਵੀ ਬਹੁਤ ਵੱਡਾ ਜਿਹੜਾ ਹੈਗਾ ਮਜ਼ਾਕ ਕਰ ਰਹੀ ਨੌਜਵਾਨਾਂ ਨਾਲ। ਔਰ ਨੌਕਰੀਆਂ ਦੀ ਗੱਲ ਕਰੀਏ, ਅਗਰ ਪੰਜਾਬ ਗੌਰਮੈਂਟ ਆਪ ਪ੍ਰਾਈਵੇਟ ਕੰਪਨੀਆਂ ਨੂੰ ਬੁਲਾ ਕੇ ਜਿਹੜਾ ਰੁਜ਼ਗਾਰ ਦੇ ਰਹੀ ਹੈ, ਹੈ ਅਤੇ ਗੌਰਮੈਂਟ ਦਾ ਕੰਮ ਇਹ ਹੈ ਕਿ ਇਹਨਾਂ ਨੇ ਬੋਲਿਆ ਸੀਗਾ ਆਪਣੇ ਮੈਨੀਫੈਸਟੋ 'ਚ, ਘਰ ਘਰ ਆਪਾਂ ਇੱਕ ਪੱਕੀ ਨੌਕਰੀ ਜ਼ਰੂਰ ਦੇਵਾਂਗੇ, ਅਤੇ ਲੇਕਿਨ ਹੁਣ ਜਿਹੜਾ ਇੱਕ ਰੈਫਰੈਂਸ ਪਾ ਕੇ ਸਟੂਡੈਂਟਸ ਨੂੰ ਜਿਹੜਾ ਹੈਗਾ ਪ੍ਰਾਈਵੇਟ ਕੰਪਨੀਆਂ 'ਚ ਭੇਜ ਰਹੀ ਹੈ ਗੌਰਮੈਂਟ, ਉੱਥੇ 4-5 ਹਜ਼ਾਰ 'ਤੇ ਨੌਜਵਾਨ ਜਿਹੜੇ ਹੈਗੇ ਸਿਕਿਉਰਿਟੀ ਗਾਰਡ ਲੱਗ ਰਹੇ, ਕੋਈ ਦੁਕਾਨਾਂ 'ਤੇ ਲੱਗ ਰਹੇ, ਕੋਈ ਮੋਟਰਸਾਈਕਲ ਚਲਾ ਰਹੇ, ਇਹ ਇਹਨਾਂ ਦਾ ਰੁਜ਼ਗਾਰ ਮੇਲੇ ਦੀ ਸੱਚਾਈ ਹੈ। ਸੁਣਿਆ ਤੁਸੀਂ ਜਿਹੜੀ ਹੈਗੀ ਆ ਇਸ ਮਾਮਲੇ ਦੇ ਵਿੱਚ ਵੀ ਕਾਂਗਰਸ ਸਰਕਾਰ ਦੀ ਜਿਹੜੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਨੌਕਰੀਆਂ ਜਿਹੜੀਆਂ ਹੈਗੀਆਂ ਪ੍ਰਾਈਵੇਟ ਜਿਹੜੀ 5,000-7,000 'ਤੇ ਜਿਹੜੇ ਨੌਜਵਾਨਾਂ ਨੂੰ ਔਫਰ ਕੀਤੀਆਂ ਜਾ ਰਹੀਆਂ, ਜਿਹੜੇ BTECH MTECH ਜਿਹੜੇ ਹੈਗੇ ਆ ਪੜ੍ਹੇ ਆ ਲੱਖਾਂ ਰੁਪਏ ਖਰਚ ਕਰਕੇ। ਤੀਜਾ ਸਵਾਲ ਕਰਦੇ ਹਾਂ, ਕਰਜ਼ਾ ਕੁਰਕੀ ਖਤਮ ਕਰਨ ਦੀ ਗੱਲ ਕੀਤੀ ਸੀ ਤੁਹਾਡੀ ਸਰਕਾਰ ਵੱਲੋਂ ਜਿਹੜੀ ਹੈਗੀ ਆ, ਅਤੇ ਫਸਲ ਦਾ ਜਿਹੜਾ ਪੂਰਾ ਜਿਹੜਾ ਹੈਗਾ ਮੁੱਲ ਦੇਣ ਦੀ ਵਾਅਦਾ ਕੀਤਾ ਗਿਆ ਸੀਗਾ 2.5 ਸਾਲਾਂ ਦੇ ਵਿੱਚ, ਇਸ ਵਾਅਦੇ ਨੂੰ ਕਿੰਨਾ ਪੂਰਾ ਕੀਤਾ? ਜਿਹੜਾ ਦੇਖੋ ਜੀ, ਕਰਜ਼ਾ ਮਾਫ਼ੀ ਦੀ ਸਕੀਮ ਆ, 6 ਲੱਖ ਪਰਿਵਾਰ ਆ ਜਿਹੜਾ ਉਹਦੇ ਵਿੱਚ ਕਵਰ ਹੋਇਆ। ਪਹਿਲੇ ਗੇੜ ਦੇ ਵਿੱਚ 2-2 ਲੱਖ ਜਿਹੜਾ ਉਹਦੇ 'ਚ ਪਰ ਪਰਿਵਾਰ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਹੋਈ ਆ, ਔਰ ਇਹ ਮੇਰਾ ਖਿਆਲ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੀ ਸਰਕਾਰ ਆ ਜਿਹਨੇ ਮਾਫ਼ ਕੀਤਾ। 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ, 10 ਦਿਨ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਪੰਥਕ ਹਿਤੈਸ਼ੀ ਕਹਾਉਂਦਾ ਕਿਸੇ ਕਿਸਾਨ ਦਾ 1 ਰੁਪਿਆ ਕਰਜ਼ਾ ਮਾਫ਼ ਕੀਤਾ ਹੋਵੇ। ਸੋ ਇਸ ਕਰਕੇ ਜਿਹੜਾ ਕਰਜ਼ਾ ਦੀ ਪ੍ਰੋਸੈਸ ਵਾਲੇ ਚੱਲ ਰਿਹਾ, 2 ਪੜਾਅ ਉਹਦੇ ਹੋ ਗਏ ਨੇ, 5 ਪੜਾਅ ਉਹਦੇ ਪੂਰੇ, ਔਰ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਉਹ ਪੂਰਾ ਕਰ ਰਹੀ ਹੈ, ਕੈਪਟਨ ਸਾਹਿਬ ਦੀ ਸਰਕਾਰ, ਔਰ ਇਹ ਵਾਅਦਾ ਜਿਹੜਾ ਹੈ ਕਰਜ਼ੇ ਵਾਲਾ ਪੂਰਾ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਲਾ ਕੇ ਜਾਓ। ਕੈਪਟਨ ਸਾਹਿਬ ਨੇ ਹਰ ਤਰ੍ਹਾਂ ਦਾ ਜਿਹੜਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀ, ਚਾਹੇ ਸੁਸਾਇਟੀਆਂ ਦਾ, ਚਾਹੇ
ਆੜਤੀਆਂ ਦਾ ਕਰਜ਼ਾ, ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਬੈਂਕ ਦਾ ਕਰਜ਼ਾ, ਹਰ ਇੱਕ ਕਰਜ਼ੇ ਦੀ ਮਾਫ਼ੀ ਦੀ ਗੱਲ ਕੀਤੀ ਸੀ, ਪਰੰਤੂ ਹੁਣ ਕਿਤੇ ਨਾ ਕਿਤੇ ਇਸ ਵੀ ਸਵਾਲ ਸੱਜਣ ਜੀ ਤੁਹਾਨੂੰ ਮੈਂ ਦੱਸ ਦਵਾਂ ਕਿ ਪਹਿਲੇ ਰਾਊਂਡ ਦੇ ਵਿੱਚ ਕੋਆਪਰੇਟਿਵ ਜਿਹੜੇ ਬੈਂਕਾਂ ਕੋਆਪਰੇਟਿਵ ਸੁਸਾਇਟੀਆਂ ਦਾ ਕਰਜ਼ਾ ਮਾਫ਼ ਹੋਇਆ, ਦੂਜੇ ਰਾਊਂਡ ਦੇ ਵਿੱਚ ਜਿਹੜੇ ਸਰਕਾਰੀ ਬੈਂਕ ਆ ਉਹਨਾਂ ਦਾ ਕਰਜ਼ਾ ਮਾਫ਼ ਹੋ ਰਿਹਾ, ਇਹ ਹਾਲੇ ਰਾਊਂਡ ਚੱਲ ਰਿਹਾ, ਦੂਜਾ ਦੌਰ ਚੱਲ ਰਿਹਾ, ਪੰਜ ਦੌਰਾਂ ਦੇ ਵਿੱਚ ਸਾਰਾ ਜਿਹੜਾ ਮੁਕੰਮਲ ਕਰਜ਼ਾ ਹਾਲੇ 2.5 ਸਾਲ ਦੇ ਵਿੱਚ ਬਾਕੀ ਜਿਹੜਾ ਪੀਰੀਅਡ ਉਹਦੇ 'ਚ ਮੁਕੰਮਲ ਕਰਜ਼ਾ ਮਾਫ਼ ਹੋਊਗਾ। ਕੀ ਅੰਕੜੇ ਹੁਣ ਤੱਕ ਕਿੰਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਚੁੱਕੇ? 6 ਲੱਖ ਕਵਰੇਜ ਦੇ ਪੰਜਾਬ ਦੇ ਕਵਰ ਹੋ ਚੁੱਕੇ, 2-2 ਲੱਖ ਦੇ ਜਿਹੜੇ ਕਰਜ਼ਾ ਮਾਫ਼ ਹੋਏ ਕਿਸਾਨਾਂ। ਹਾਂਜੀ, ਕਿੰਨਾ ਸਹਿਮਤ ਡਾਕਟਰ ਸਾਹਿਬ? ਦੇਖੋ ਮੈਂ ਬਿਲਕੁਲ ਸਹਿਮਤ ਨਹੀਂ, ਕਿਉਂਕਿ ਤੁਸੀਂ ਦੇਖੋ ਜਦੋਂ ਅਕਾਲੀਆਂ ਦੀ ਸਰਕਾਰ ਸੀ 10 ਸਾਲਾਂ 'ਚ 3500 ਜਿਹੜੇ ਕਿਸਾਨਾਂ ਨੇ ਖੁਦਕੁਸ਼ ਕੀਤੀ, ਯਾਨੀ ਕਿ 1 ਸਾਲ 'ਚ 700 ਦੇ ਕਰੀਬ। ਲੇਕਿਨ ਤੁਸੀਂ ਹੁਣ ਜਿਹੜੀ ਇਹ ਸਰਕਾਰ ਦੇ ਅੰਕੜੇ ਦੇਖ ਲਓ, 2 ਸਾਲਾਂ ਦੇ ਅੰਦਰ 900 ਕਿਸਾਨ ਨੇ ਖੁਦਕੁਸ਼ੀ ਕੀਤੀ ਹੈ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ। ਔਰ ਆਪਣੇ ਹਲਕੇ ਦੀ ਗੱਲ ਕਰਦੇ ਹਾਂ, ਪਰਸੋਂ ਜੀ ਇੱਥੇ ਆ ਭੈਣੀ ਪਿੰਡ, ਇੱਕ ਕਿਸਾਨ ਨੇ ਜਿਹੜਾ ਖੁਦਕੁਸ਼ੀ ਕੀਤੀ ਹੈ। ਇੱਕ ਬਰਨਾਲੇ ਦਾ ਪਿੰਡ ਆ, ਉੱਥੇ 4 ਪੀੜ੍ਹੀਆਂ ਉਹਦੇ ਦਾਦੇ ਪੜਦਾਦੇ ਨੇ, ਫਿਰ ਦਾਦੇ ਨੇ, ਫਿਰ ਉਹਦੇ ਪਿਓ ਨੇ, ਫਿਰ ਉਹਨੇ ਮੁੰਡੇ ਨੇ, ਆਪ 4 ਪੀੜ੍ਹੀਆਂ। ਅਗਰ ਇੰਨੀ ਸੱਚਾਈ ਹੈ ਇਹਨਾਂ ਦੇ ਇਸ ਕਥਨ 'ਚ ਕਿ ਮਾਫ਼ ਹੋ ਰਹੇ ਨੇ ਕਰਜ਼ੇ, ਤਾਂ ਕਿਸਾਨ ਵੱਧ ਕਿਉਂ ਰਹੇ ਖੁਦਕੁਸ਼ੀਆਂ? 4 ਪੀੜ੍ਹੀਆਂ ਕਿਉਂ ਉਹ ਉਸ 'ਤੇ ਚੜ੍ਹ ਗਈਆਂ? ਅਤੇ ਸਾਡੇ ਆਪਣੇ ਹਲਕੇ 'ਚ ਇਹੀ ਹਾਲ ਹੈ, ਤੁਸੀਂ ਦੇਖ ਸਕਦੇ ਹੋ। ਮੱਕੜ ਸਾਹਿਬ, ਭੁੱਲਰ ਸਾਹਿਬ ਨੇ ਦੱਸਿਆ 6 ਲੱਖ ਜਿਹੜੇ ਹੈਗੇ ਕਿਸਾਨਾਂ ਦਾ ਪਹਿਲੇ ਪੜਾਅ 'ਚ ਕਰਜ਼ਾ ਮਾਫ਼ ਕੀਤਾ ਅਤੇ ਅੱਗੇ ਵੀ ਮਾਫ਼ ਕੀਤਾ ਜਾਣਾ, ਕਿੰਨਾ ਸਹਿਮਤ? ਬਿਲਕੁਲ ਕੋਰਾ ਝੂਠ ਜਿਹੜਾ ਉਹ ਬੋਲਿਆ ਜਾ ਰਿਹਾ। ਕੋਈ ਇਹੋ ਜਿਹੇ ਅੰਕੜੇ ਨਹੀਂ ਇਹ ਪੇਸ਼ ਕਰ ਸਕਦੇ ਸਰਕਾਰ ਵੱਲੋਂ ਕਿ 6 ਲੱਖ ਲੋਕਾਂ ਦਾ ਕਰਜ਼ਾ ਮਾਫ਼ ਕੀਤਾ ਜਾ ਰਿਹਾ। ਬਲਕਿ ਕਰਜ਼ੇ ਦੇ ਨਾਂ 'ਤੇ ਤੁਸੀਂ ਕੱਲ੍ਹ ਦੀ ਅਖ਼ਬਾਰ ਵੀ ਪੜ੍ਹ ਲਓ, ਇੱਕ ਜ਼ਿਮੀਦਾਰ ਦਾ 1 ਰੁਪਈਆ ਕਰਜ਼ਾ ਮਾਫ਼ ਹੋਇਆ। ਜਿਸ ਬੰਦੇ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਇਹਨਾਂ ਨੇ ਕਰਜ਼ਾ ਮਾਫ਼ੀ ਦੀ ਸਕੀਮ ਸ਼ੁਰੂ ਕੀਤੀ ਸੀ, ਜਿਸ ਬਜ਼ੁਰਗ ਨੂੰ ਈਵਨ ਉਹ ਉਸ ਬੰਦੇ ਨੇ ਜਦੋਂ ਦੱਸਿਆ ਕਿ ਮੇਰਾ ਕਰਜ਼ਾ ਮਾਫ਼ ਨਹੀਂ ਹੋਇਆ, ਉਹਦੀ 76 ਪਰੇਡ ਕਰਵਾਈ ਗਈ ਉਸ ਬੰਦੇ ਦੀ। ਇਸ ਤਰ੍ਹਾਂ ਦੀ ਜਿਹੜੀ ਕਰਜ਼ਾ ਮਾਫ਼ੀ ਦੀ ਸਕੀਮ ਹੈ ਕਾਂਗਰਸ ਵੱਲੋਂ, ਤੁਹਾਡੇ ਸਾਰਿਆਂ ਦੇ ਸਾਹਮਣੇ ਕੋਈ ਲੁਕੀ ਹੋਈ ਗੱਲ ਨਹੀਂ ਕਿ ਜਿਸ ਬੰਦੇ ਨਾਲ ਫੋਟੋਆਂ ਖਿਚਾ ਕੇ ਸ਼ੁਰੂ ਕੀਤੀ, ਜਦ ਉਹਦਾ ਹੀ ਕਰਜ਼ਾ ਨਹੀਂ ਮਾਫ਼ ਹੋਇਆ ਤਾਂ ਬਾਕੀ ਲੋਕਾਂ ਦਾ ਕਰਜ਼ਾ ਕੀ ਮਾਫ਼ ਹੋਏਗਾ? ਬਿਲਕੁਲ ਜੀ, ਅਸੀਂ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਨਾਲ ਹੀ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਹੈਗਾ ਕਰਜ਼ਾ ਮਾਫ਼ੀ ਨੂੰ ਲੈ ਕੇ ਕੀ ਕੀਤਾ ਸਰਕਾਰ ਨੇ, ਕਿੰਨੇ ਕੁ ਕਿਸਾਨ ਜਿਹੜੇ ਹੈਗੇ ਸਹਿਮਤ ਹੈ? ਕੀ ਨਾਮ ਹੈ? ਮੇਰਾ ਨਾਮ ਗੁਰਨਾਮ ਸਿੰਘ ਹੈ, ਜ਼ਿਲ੍ਹਾ ਪ੍ਰਧਾਨ ਭਾਰਤ ਕਿਸਾਨ ਯੂਨੀਅਨ ਕਰਦੀ ਹਾਂ। ਕਿੰਨਾ ਸਹਿਮਤ ਹੋ ਤੁਸੀਂ ਜਿਹੜੀ ਗੱਲ ਸੁਣੀ ਹੈ? ਕਾਂਗਰਸ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਜਿਹੜਾ ਹੈਗਾ 6 ਲੱਖ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਚੁੱਕੇ ਅਤੇ ਬਾਕੀ ਵੀ ਜਿਹੜਾ ਕੀਤਾ ਜਾਣਾ, ਕਿੰਨਾ ਸਹਿਮਤ? 70 ਸਾਲ ਤੋਂ ਇਹ ਰਾਜਨੀਤਿਕ ਪਾਰਟੀਆਂ ਧੋਖਾ ਦੇ ਰਹੀਆਂ ਕਿਸਾਨਾਂ ਨੂੰ, 70 ਸਾਲ ਤੋਂ ਝੂਠ ਬੋਲਦੀਆਂ, ਹੁਣ ਵੀ ਕਾਂਗਰਸ ਪਾਰਟੀਆਂ ਝੂਠ ਬੋਲਦੀ ਹੈ ਜੀ। ਬਿਲਕੁਲ ਕਿਸੇ ਕਿਸਾਨ ਦਾ ਟੋਟਲ ਕਰਜ਼ਾ ਕਿਹਾ ਸੀ ਇਹਨਾਂ, ਬਿਲਕੁਲ ਨਹੀਂ ਮਾਫ਼ ਕੀਤਾ ਗਿਆ, ਕੁਛ ਲੈਵਲ 'ਤੇ ਵੀ ਨਹੀਂ ਮਾਫ਼ ਕੀਤਾ ਗਿਆ। ਢੁੱਲੇ ਵਾਲ ਪਿੰਡ ਆ ਮਾਛੀਵਾੜਾ ਜ਼ਿਲ੍ਹੇ 'ਚ, ਉਸ ਕਿਸਾਨ ਨੇ ਅਖਬਾਰ ਦਿੱਤਾ ਸੀ ਕਿ ਮੈਂ ਸੁਸਾਈਡ ਕਰ ਜਾਵਾਂਗਾ, ਅਸੀਂ ਉਹਦੇ ਕੋਲ ਪਹੁੰਚੇ, ਉਹਨੂੰ ਸਮਝਾਇਆ, ਉਹਨੂੰ ਸੁਸਾਈਡ ਕਰਨ ਤੋਂ ਰੋਕਿਆ। ਭੈਣੀ ਪਿੰਡ ਸਾਨੂੰ ਪਤਾ ਨਹੀਂ ਲੱਗਿਆ, ਅਗਰ ਸਾਨੂੰ ਪਤਾ ਲੱਗ ਜਾਂਦਾ ਤਾਂ ਅਸੀਂ ਭੈਣੀ ਪਿੰਡ ਪਹੁੰਚਦੇ, ਪਰੰਤੂ ਇਹ ਸਰਕਾਰਾਂ ਝੂਠ ਬੋਲਦੀਆਂ, ਸਿਰਫ ਝੂਠ ਦਾ ਖੱਟਿਆ ਕਰਨੀਆਂ। ਇਹ ਆਪਣੇ ਇਹਨਾਂ ਦੀ ਆਪਣੀ ਪ੍ਰੋਪਰਟੀ ਵੱਧ ਰਹੀ ਹੈ, ਜਦੋਂ ਜਿਹੜਾ ਕਿਸਾਨ ਉਹ ਸੁਸਾਈਡ ਕਰ ਰਿਹਾ। ਅਗਰ ਰੋਜ਼ਾਨਾ ਅਗਰ ਇਹਨਾਂ ਕਰਜ਼ੇ ਮਾਫ਼ ਕੀਤੇ ਆ ਤਾਂ ਕਿਸਾਨ ਸੁਸਾਈਡ ਰੋਜ਼ਾਨਾ ਵੱਧ ਕਿਉਂ ਰਹੀ ਹੈ? ਮੈਂ ਜਵਾਬ ਮੰਗਣਾ ਚਾਹੁੰਦਾ ਹਾਂ, ਜਾਂ ਫਿਰ ਦੱਸਣ ਵੀ ਕਿਹੜੇ ਜ਼ਿਲ੍ਹੇ 'ਚ ਕਿੰਨੇ ਪਰਸੈਂਟ ਕਿੰਨੇ ਕਿਸਾਨਾਂ ਦਾ ਲਿਸਟ ਜਾਰੀ ਕਰਨ, ਕਿੰਨੇ ਕਿੰਨੇ ਕਿਸਾਨਾਂ ਕਿੰਨਾ ਕਿੰਨਾ ਕਰਜ਼ਾ ਮਾਫ਼ ਕੀਤਾ। 2 ਰੁਪਏ, 10 ਰੁਪਏ, 50 ਰੁਪਏ, 100 ਰੁਪਏ ਕਰਜ਼ਾ ਮਾਫ਼ ਕਰ ਦੇਣਾ, ਇਹਨਾਂ ਦਾ ਆਪਣੇ ਚਿਹਤਿਆਂ ਦੇ ਕਰਜ਼ੇ ਮਾਫ਼ ਕੀਤੇ ਆ ਜੀ। ਮੇਰੇ ਇਲਾਕੇ ਵਿੱਚ ਮੈਂ ਇਹਨਾਂ ਨੂੰ ਸਬੂਤ ਦੇਣ ਨੂੰ ਤਿਆਰ ਹਾਂ ਕਿ ਕਾਂਗਰਸੀ ਅਮੀਰ ਬੰਦੇ ਦੇ ਕਰਜ਼ੇ ਮਾਫ਼ ਕਰੇ ਗਏ ਆ, ਗਰੀਬ ਕਿਸਾਨ ਦਾ ਕਿਸੇ ਦਾ ਕੋਈ ਕਰਜ਼ਾ ਮਾਫ਼ ਨਹੀਂ ਕੀਤਾ ਗਿਆ। ਅਸੀਂ ਨਾਲ ਬਿਲਕੁਲ ਸਹਿਮਤ ਨਹੀਂ, ਨਾ ਇਹਨਾਂ ਕਰਜ਼ੇ ਮਾਫ਼ ਕਰਨੇ ਆ, ਇਹ ਸਾਨੂੰ ਲੋਲੀਪੋਪ ਦਿੰਦੇ ਨੇ, ਨਾ ਕਰਜ਼ੇ ਮਾਫ਼ ਕਰਨੇ, ਨਾ ਛੋਟੇ ਕਿਸੇ ਛੋਟੇ ਬੰਦਿਆਂ ਦੀ ਸੁਣੀ ਗਈ ਆ, ਆਮ ਜਨਤਾ ਨਾ ਸੁਣੀ ਗਈ ਨਾ ਇਹ ਸੁਣਨਗੇ। ਕੀ ਨਾਮ ਹੈ ਜੀ? ਰਤਿੰਦਰ ਸਿੰਘ ਰੂਪਾ, ਬਲਾਕ ਪ੍ਰਧਾਨ ਕਿਸਾਨ ਦੁਨੀਆ ਕਾਦੀ। ਪੂਰਾ ਜਿਹੜਾ ਫਸਲ ਦਾ ਪੂਰਾ ਮੁੱਲ ਦੇਣ ਦਾ ਵਾਅਦਾ ਕੀਤਾ ਸੀਗਾ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਸਾਹਿਬ ਨੇ, ਕੀ ਫਸਲ ਦਾ ਪੂਰਾ ਮੁੱਲ ਮਿਲਣਾ ਸ਼ੁਰੂ ਹੋ ਗਿਆ? ਫਸਲ ਦਾ ਕੋਈ ਪੂਰਾ ਮੁੱਲ ਨਹੀਂ ਮਿਲਦਾ, ਇਸ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। ਸਾਡਾ ਰੋਪੜ ਏਰੀਆ ਬਚਿਆ ਹੋਇਆ ਸੀ, ਹੁਣ ਰੋਪੜ ਏਰੀਆ 'ਚ ਵੀ ਇਹ ਲਾਂਬੂ ਲੱਗ ਚੁੱਕਿਆ ਹੈ। ਕੈਪਟਨ ਸਾਹਿਬ ਨੇ ਵਾਅਦਾ ਕਰਿਆ ਤਾਂ ਵੀ 4 ਹਫ਼ਤਿਆਂ 'ਚ ਨਸ਼ਾ ਕਰਜ਼ਾ ਖਤਮ ਕਰ ਦਾਂਗੇ,
ਲੇਕਿਨ ਕੋਈ ਕਰਜ਼ਾ ਨਹੀਂ ਮਾਫ ਹੋਇਆ ਹੈਗਾ। ਅਸੀਂ ਜਿਹੜੀਆਂ ਆਪਣੀਆਂ ਕਿਸ਼ਤਾਂ ਭਰਦੇ ਸੀ ਜ਼ਿਮੀਂਦਾਰ, ਉਹ ਕਿਸ਼ਤਾਂ ਵੀ ਬੰਦ ਕਰ ਲਈਆਂ, ਅਸੀਂ ਉਲਟੇ ਫਸ ਗਏ। ਸਾਡੇ ਚੌਗਣਾ ਚੌਗਣਾ ਸਾਡੇ ਸਿਰ ਹੋ ਗਿਆ। ਜੇ ਕਿਤੇ ਨਾ ਸਾਨੂੰ ਇਹ ਲਾਰਾ ਲਾਇਆ ਜਾਂਦਾ ਤਾਂ ਅਸੀਂ ਉਹ ਕਿਸ਼ਤਾਂ ਉੱਦਾਂ ਹੀ ਭਰਦੇ, ਤਾਂ ਅੱਜ ਅਸੀਂ ਆਰਾਮ ਨਾਲ ਸੌਂਦੇ। ਜਿਹੜੀ ਸਾਡੀ ਨੀਂਦ ਹਰਾਮ ਹੋਈ ਪਈ ਆ, ਸੌਣ ਤੋਂ ਵੀ ਅਸੀਂ ਮਤਲਬ ਵਾਂਝੇ ਹੋਏ ਪਏ ਹਾਂ। ਸੋ ਠੀਕ ਹੈ, ਇਹਨਾਂ ਦੀ ਗੱਲ ਜਿਹੜੀ ਹੈਗੀ, ਕਿਸਾਨ ਕਿਤੇ ਨਾ ਕਿਤੇ ਜਿਹੜਾ ਸਹਿਮਤ ਨਹੀਂ ਆ ਸਰਕਾਰ ਦੇ ਜਿਹੜੇ ਨੁਮਾਇੰਦੇ ਦੀ ਗੱਲ ਦੇ ਨਾਲ ਕਿ ਕਰਜ਼ਾ ਮਾਫੀ ਕੀਤੀ ਹੈ। ਗੱਲ ਕਰਦੇ ਕਿ ਸਰਕਾਰ ਆਉਣ ਤੋਂ ਪਹਿਲਾਂ ਜਿਹੜਾ ਹੈਗਾ ਮੁੱਦਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਸਮੂਹ ਸਿੱਖ ਜਗਤ ਕਿਹਾ, ਪੂਰੇ ਕੌਮ ਦੇ ਲਈ, ਪੂਰੇ ਦੇਸ਼ ਦੇ ਲਈ, ਪੂਰੇ ਵਰਲਡ ਦੇ ਲਈ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਨੂੰ ਲੈ ਕੇ ਮੁੱਦਾ ਉੱਠਿਆ ਸੀ। ਕੈਪਟਨ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਦੋਸ਼ੀਆਂ ਨੂੰ ਜਿਹੜੀ ਸਰਕਾਰ ਆਉਣ ਤੋਂ ਬਾਅਦ ਤੁਰੰਤ ਫੜ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇਗਾ। ਗੱਲ ਕਰਦੇ ਹਾਂ ਇਸ ਨੂੰ ਲੈ ਕੇ ਭੁੱਲਰ ਸਾਹਿਬ, ਇਸ ਮੁੱਦੇ 'ਤੇ ਜਿਹੜੀ ਹੈਗੀ ਸਰਕਾਰ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਕਿੰਨੀ ਸਜ਼ਾ? ਸਰਕਾਰ ਆਉਣ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਜਿੰਨੇ ਮਸਲੇ ਸੀਗੇ ਅਕਾਲੀ ਸਰਕਾਰ ਦੇ ਦੌਰਾਨ 10 ਸਾਲ 'ਚ ਹੋਏ ਆ, ਉਹ ਸਾਰੇ ਸੋਲਵ ਕੀਤੇ ਗਏ ਨੇ। ਉਹਨਾਂ ਦੇ ਦੋਸ਼ੀ ਜਿੰਨੇ ਵੀ ਸੀਗੇ, ਚਾਹੇ ਉਹ ਆਪਣਾ ਜਿੰਨੇ ਡੇਰਾ ਪ੍ਰੇਮੀ ਫੜੇ ਗਏ ਆ, ਉਹਨਾਂ ਦੇ ਪਰਚੇ ਹੋਏ ਆ, ਉਹਨਾਂ ਦੇ ਚਲਾਨ ਪੇਸ਼ ਹੋਏ ਆ। ਉਸ ਤੋਂ ਬਾਅਦ ਜਿਹੜੀ ਆ ਕੁੰਵਰ ਵਿਜੇਪੁਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੇ ਸਾਡੇ ਸਿੱਟ ਆ ਉਹ ਕੰਮ ਕਰ ਰਹੀ ਆ, ਔਰ ਇਹਨਾਂ ਨੇ ਅਕਾਲੀ ਦਲ ਬੀਜੇਪੀ ਨੇ ਕੇਂਦਰ ਸਰਕਾਰ ਨੇ ਪਹਿਲਾਂ ਜਾਂਚ CBI ਨੂੰ ਦੇਤੀ, ਫਿਰ ਉਹਨੂੰ ਲਟਕਾ ਕੇ ਫਿਰ ਚੇਂਜ ਕਰਤਾ। ਇਹ ਵਾਰ ਵਾਰ ਇਹਨੂੰ ਇਸ ਮੁੱਦੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਾਂਗਰਸ ਜਿਹੜੀ ਸਰਕਾਰ ਆ ਪੂਰੀ ਤਰ੍ਹਾਂ ਦ੍ਰਿੜ ਆ, ਜਿੰਨੇ ਮਸਲੇ ਅਨਸੋਲਵ ਤੇ ਉਹ ਸਾਰੇ ਕਾਂਗਰਸ ਦੀ ਸਰਕਾਰ ਦੇ ਵਿੱਚ ਬੇਅਦਬੀ 'ਚ ਸੁਣਦੇ ਆ, ਔਰ ਕਾਂਗਰਸ ਦੀ ਸਰਕਾਰ ਦੇ ਵਿੱਚ ਆ ਕੇ ਅਗਰ ਇੱਕਾ ਦੁੱਕਾ ਕੋਈ ਬੇਅਦਬੀ ਦਾ ਮਸਲਾ ਹੋਇਆ ਤਾਂ ਉਹਦੇ ਤੁਰੰਤ ਉਹਨੂੰ ਸੁਲਝਾ ਕੇ ਕਾਰਵਾਈ ਹੋਈ ਹੈ। ਇਹ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਰਜਾਨਾ ਸਰੂਪ ਬੇਅਦਬੀਆਂ ਹੋ ਰਹੀਆਂ ਜਿਵੇਂ ਪਿਛਲੇ 10 ਸਾਲਾਂ ਦੇ ਦੌਰਾਨ ਹੋਈਆਂ। ਪਰ ਸਿੱਖ ਜਥੇਬੰਦੀਆਂ ਦਾ ਆਮ ਲੋਕਾਂ ਦਾ ਰੋਪ ਆ ਕਿ ਵੱਡੇ ਮਗਰਮੱਛ ਆ ਜਿਹੜੇ ਅਸਲੀ ਦੋਸ਼ੀ ਆ ਉਹਨਾਂ ਨੂੰ ਬਚਾਉਣ ਦੀ ਵਿੱਚ ਲੱਗੀ ਹੋਈ ਕਾਂਗਰਸ? ਬਿਲਕੁਲ ਨਹੀਂ, ਬਚਾਉਣ ਦੇ ਵਿੱਚ ਕਾਂਗਰਸ ਲੱਗੀ ਹੋਈ। ਕਾਂਗਰਸ ਕਾਨੂੰਨ ਦੇ ਮੁਤਾਬਕ ਆਪਣਾ ਕੰਮ ਕਰ ਰਹੀ ਆ, ਔਰ ਬਹੁਤ ਜਲਦੀ ਉਹ ਸਮਾਂ ਆਊਗਾ ਜਦੋਂ ਇਹ ਗੱਲ ਦਾ ਜਵਾਬ ਸਾਰੀ ਸਿੱਖ ਸੰਗਤ ਨੂੰ, ਜਗਤ ਨੂੰ ਮਿਲ ਜੂਗਾ। ਹਾਂਜੀ, ਕਿੰਨਾ ਸਹਿਮਤ ਹੋ ਇਹਨਾਂ ਦੇ ਜਿਹੜੀ ਗੱਲ? ਇਹ ਮੈਂ ਬਿਲਕੁਲ ਸਹਿਮਤ ਨਹੀਂ ਹਾਂ, ਕਿਉਂਕਿ ਪਹਿਲਾਂ ਤਾਂ 2.5 ਸਾਲ ਅਕਾਲੀ ਦਲ ਸਰਕਾਰ ਰਹੀ, ਜਦੋਂ ਇਹ ਹਾਦਸਾ ਹੋਇਆ ਉਦੋਂ ਕੁਛ ਨਹੀਂ ਹੋਇਆ, ਉਸ ਤੋਂ ਬਾਅਦ ਹੁਣ 2.5 ਸਾਲ ਕਾਂਗਰਸ ਦੀ ਸਰਕਾਰ ਆ ਗਈ, ਅੱਜ ਤੱਕ ਕੁਛ ਨਹੀਂ ਹੋਇਆ। ਉੱਦਾਂ ਹੀ ਜਿਵੇਂ ਆਪਣੇ ਲੱਸੀ ਨੂੰ ਰਿੜਕਦੇ ਹਾਂ ਉੱਦਾਂ ਹੀ ਰਿੜਕ ਰਿਹਾ, ਉੱਦਾਂ ਹੀ ਪਿਆ ਉਹ ਮਸਲਾ, ਉੱਥੇ ਦਾ ਉੱਥੇ ਪਿਆ। ਅਗਰ ਕੋਈ ਸਿਪਾਹੀ ਗੋਲੀ ਚਲਾਉਂਦਾ ਤਾਂ ਉਹਨੂੰ ਆਰਡਰ ਜਿਹੜਾ ਉੱਤੋਂ DGP ਦਾ ਹੁੰਦਾ ਜਾਂ ਮਿਨਿਸਟਰ ਦਾ ਹੁੰਦਾ, ਹੋਮ ਮਿਨਿਸਟਰ ਦਾ ਹੁੰਦਾ, ਅਤੇ ਫਿਰ ਉਹਨਾਂ ਤੱਕ ਤਾਂ ਹਾਲੇ ਤੱਕ ਸਰਕਾਰ ਪਹੁੰਚ ਹੀ ਨਹੀਂ ਰਹੀ। ਹਾਲੇ ਤਾਂ ਥੱਲੇ ਹੀ ਰੁਲ ਰਹੀ ਹੈ ਵੀ ਥੱਲੇ ਕਿਸੇ ਪੁਲਿਸ ਵਾਲੇ ਨੂੰ ਫੜ ਲਿਆ, ਕਿਸੇ DSP ਨੂੰ ਫੜ ਲਿਆ। ਇਹਦੇ ਨਾਲ ਇਹਦਾ ਮਤਲਬ ਇਹੀ ਹੈ ਕਿ ਇਹਨੂੰ ਜਿੰਨਾ ਲੰਬਾ ਖਿੱਚਿਆ ਜਾਵੇ ਇਹਨੂੰ ਸਿਆਸੀ ਬਣਾਤਾ। ਇਹਨਾਂ ਨੇ ਬੇਅਦਬੀ ਹੁਣ ਵੀ ਕਰ ਰਹੇ ਨੇ, ਇਹ ਸਰਕਾਰ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੀ ਹੈ, ਕਿਉਂਕਿ ਇਹ ਮਸਲਾ ਉੱਥੇ ਦਾ ਉੱਥੇ ਹੀ ਹੈ। ਹਾਂਜੀ, ਗੱਲ ਕਰਦੇ ਹਾਂ ਇੱਥੇ ਲੋਕਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੈਗੇ ਆ ਮਸਲੇ ਨੇ ਕਿ ਕੀ ਨਾਮ ਹੈ ਜੀ? ਰਣਜੀਤ ਸਿੰਘ। ਤੁਸੀਂ ਕੀ ਮੰਨਦੇ ਜਿਹੜੇ ਹੈਗੇ ਆ ਦੋਸ਼ੀਆਂ ਨੂੰ ਫੜਨ ਦੇ ਵਿੱਚ ਸਰਕਾਰ ਨੇ ਕੀ ਰੋਲ ਨਿਭਾਇਆ 2.5 ਸਾਲਾਂ? ਦੇਖੋ ਆਪਾਂ ਇੱਕ ਸਰਕਾਰ ਕਾਂਗਰਸ ਦੀ ਗੱਲ ਨਹੀਂ ਕਰਦੇ ਹੈਗੇ, 2014 ਦੀ 24-25 ਦੀ ਜੂਨ ਨੂੰ ਪਿੰਡ ਬੁਰਜ ਜਵਾਹਰ ਕੇ ਵਾਲਾ ਦੇ ਇੱਕ ਗੁਰਦੁਆਰਾ ਸਾਹਿਬ 'ਚੋਂ ਮਹਾਰਾ ਦਾ ਸਰੂਪ ਚੋਰੀ ਹੋਇਆ, ਜਿੱਥੋਂ ਬੇਅਦਬੀ ਦਾ ਸਿਲਸਿਲਾ ਸ਼ੁਰੂ ਹੋਇਆ। ਰਾਤ ਨੂੰ ਹੋਇਆ ਚੋਰੀ, ਅਕਾਟ ਉੱਥੇ ਪਾਠੀ ਸਿੰਘ ਨੇ ਜਾ ਕੇ ਪਿੰਡ ਦੇ ਨੂੰ ਦੱਸਿਆ, ਪਿੰਡ ਦੇ ਨੇ ਥਾਣੇ 'ਚ ਦੱਸਿਆ, ਗੱਲ ਪਹੁੰਚੀ ਉਹ ਨਹੀਂ ਲੱਭੇ ਗਏ। ਕੁਛ ਦੇਰ ਵਿਚਾਰੇ ਲੋਕ ਉੱਥੇ ਜਿਹੜੇ ਸਿੱਖ ਜਗਤ ਨਾਲ ਸੰਬੰਧਿਤ ਸੀ, ਜਿਹਨਾਂ ਨੂੰ ਗੁਰੂ ਸਾਹਿਬ ਦਾ ਦਰਦ ਸੀ, ਉਹ ਜਾ ਕੇ ਟੱਕਰਾਂ ਮਾਰਦੇ ਰਹੇ ਸਰਕਾਰੀ ਦਰਬਾਰੇ। ਉਦੋਂ ਅਕਾਲੀ ਦਲ ਪੰਜਾਬ ਦੇ ਵਿੱਚ ਸਰਕਾਰ ਸੀ, ਇਹਨਾਂ ਦੀ ਭਾਈਵਾਲ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ। ਇਹਨਾਂ ਨੇ ਜਾਣ ਬੁੱਝ ਕੇ ਉਹ ਮਸਲੇ ਨੂੰ ਰੋਲਿਆ ਹੈ।
ਆਖਿਰ ਇਹ ਹੋਇਆ ਕਿ ਪੂਰਾ ਪੰਜਾਬ ਇਕੱਠਾ ਹੋ ਕੇ ਬਰਗਾੜੀ ਵਿੱਚ ਪਹੁੰਚਿਆ, ਉਹ ਵੀ ਸਤਨਾਮ ਵਾਹਿਗੁਰੂ ਜਾਪ ਕਰਦੇ ਸਰਕਾਰ ਤੇ ਦਬਾਅ ਪਾਉਣੇ ਵਾਸਤੇ ਕਿ ਦੋਸ਼ੀਆਂ ਨੂੰ ਕਿਉਂ ਨਹੀਂ ਫੜ ਰਹੇ। ਇਹਨਾਂ ਨੇ ਇੱਕ ਗੁਨਾਹ ਦੇ ਉੱਪਰ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਇੱਕ ਗੁਨਾਹ ਦੇ ਉੱਪਰ ਹੋਰ ਗੁਨਾਹ ਕੀਤਾ, ਇਹਨਾਂ ਨੇ ਉੱਥੇ ਬੈਠੇ ਲੋਕਾਂ ਦੇ ਉੱਪਰ ਜਲਿਆਂ ਵਾਲੇ ਬਾਗ ਦੀ ਤਰਜ ਤੇ ਗੋਲੀਆਂ ਚਲਾਈਆਂ, ਜਿਹਦੇ ਵਿੱਚ ਦੋ ਸਿੱਖ ਹੋਰ ਮਾਰੇ ਗਏ। ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਹੜੇ ਗਲੀਆਂ ਵਿੱਚ ਖਿਲਾਰੇ ਸੀ ਬੁਰਜ ਜਵਾਰਕੇ ਵਾਲਾ ਦੇ ਵਿੱਚ, ਉਹ ਤਾਂ ਵਿੱਚ ਹੀ ਰਹਿ ਗਿਆ ਕੰਮ। ਦੋ ਸਿੰਘ ਹੋਰ ਮਾਰ ਦਿੱਤੇ ਗਏ। 14 ਤੋਂ ਬਾਅਦ 25 ਸਾਲ ਇਹਨਾਂ ਦੀ ਸਰਕਾਰ ਰਹੀ ਆ, ਕਿਸੇ ਬੰਦੇ ਨੂੰ ਉਜਾਉ ਨਹੀਂ ਲੱਗਣ ਦਿੱਤਾ ਇਹਨਾਂ ਨੇ। ਚਲੋ ਜਿਹੜੇ ਬੰਦੇ ਨੇ ਸਵਾਰੀ ਦੇ ਕੇ ਕਿਸੇ ਦਾ ਕਤਲ ਕਰਾਇਆ ਹੋਵੇ, ਉਦੋਂ ਤਾਂ ਕਾਤਲ ਨੂੰ ਸਜ਼ਾ ਦੋਣੇ ਦੀ ਆਸ ਰੱਖਣ ਦੀ ਲੋੜ ਹੀ ਨਹੀਂ ਹੈਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਵਾਰੀ ਦੇ ਕੇ ਗੁਰੂ ਗ੍ਰੰਥ ਸਾਹਿਬ ਦਾ ਕਤਲ ਕਰਾਇਆ ਹੈ। ਇਹਨਾਂ ਤੋਂ ਆਸ ਰੱਖਣੀ ਮੈਂ ਕਹਿੰਦਾ ਬਿਲਕੁਲ ਗਲਤ ਆ, ਪਰ ਕੈਪਟਨ ਸਾਹਿਬ ਨੇ ਬੜਾ ਧੜੱਲੇ ਨਾਲ ਕਿਹਾ ਤਾ ਕਿ ਅਸੀਂ ਹਫ਼ਤੇ ਦੇ ਵਿੱਚ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕਾਤਲਾਂ ਨੂੰ ਫੜੂੰਗੇ। ਉਹ ਬਿਲਕੁਲ 100% ਝੂਠ ਹੋਇਆ ਹੈ। ਬਲਕਿ ਮੈਂ ਕਹਿੰਦਾ ਇਹ ਫੜਨੇ ਦੀ ਬਜਾਏ ਅਕਾਲੀ ਦਲ ਦੇ ਬੰਦਿਆਂ ਨੂੰ ਬਚਾ ਰਹੇ ਆ। ਸਾਰਾ ਸਿੱਖ ਜਗਤ ਜਾਣਦਾ ਹੈ ਕਿ ਇਹਦੇ ਪਿੱਛੇ ਅਕਾਲੀ ਦਲ ਦੀ ਸਾਜ਼ਿਸ਼ ਆ, ਔਰ ਮੈਂ ਗਾਰੰਟੀ ਨਾਲ ਕਹਿੰਦਾ 25 ਸਾਲ ਨਹੀਂ 250 ਸਾਲ ਲੰਘ ਜਾਵੇ ਜੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਕਾਤਲ ਅਕਾਲੀ ਤੇ ਕਾਂਗਰਸ ਨੂੰ ਫੜ ਕੇ ਦਿਖਾ ਦੇਣ। ਇਹ ਇੱਥੇ ਦੀ ਗੱਲ ਨਹੀਂ ਕਾਂਗਰਸ ਦੀ, ਇਹ ਹੋ ਗਏ ਅੱਜ 4 ਦੇ ਵਿੱਚ ਹੋਇਆ ਸੀ। 5 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਦੇ ਵਿੱਚ ਪਾੜੇ ਆ, ਅਕਾਲੀਆਂ ਦੀ ਸਰਕਾਰ ਸੀ, ਕਿਸੇ ਨੇ ਹੱਥ ਨਹੀਂ ਲਾਇਆ। ਉੱਧਰ 84 ਦੇ ਵਿੱਚ ਅੱਜ 35 ਸਾਲ ਹੋ ਗਏ ਗੁਰੂ ਦੇ ਸਿੱਖਾਂ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਦਿੱਲੀ ਦੇ ਵਿੱਚ, ਉਹ ਨਹੀਂ ਕੋਈ ਫੜਿਆ ਕਾਂਗਰਸ ਨੇ। ਇਹਨਾਂ ਤੋਂ ਕਿਆਸ ਰੱਖੀ ਜਾ ਸਕਦੀ ਆ? ਇਹ ਦੋਹੇ ਜਮਾਤਾਂ ਸਿੱਖਾਂ ਦੀਆਂ ਕਾਤਲ ਨੇ, ਇਹਨਾਂ ਤੋਂ ਆਸ ਰੱਖਣੀ ਮੈਂ ਕਹਿੰਦਾ ਬਿਲਕੁਲ 100% ਬੇਵਕੂਫੀ ਆ। ਬਿਲਕੁਲ, ਬਹੁਤ ਵੱਡੇ ਜਿਹੜੇ ਹੈਗੇ ਆਰੋਪ ਲੱਗ ਰਹੇ ਅਕਾਲੀ ਦਲ ਤੇ ਕਿ ਸਪਾਰੀ ਜਿਹੜੀ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਗਈ ਆ। ਗੱਲ ਕਰਦੇ ਅਕਾਲੀ ਦਲ ਦੇ ਸਾਡੇ ਨਾਲ ਖੜੇ ਨੇ, ਕੀ ਕਹਿਣਾ ਮੱਕੜ ਸਾਹਿਬ? ਬਹੁਤ ਵੱਡੇ ਜਿਹੜੇ ਆਰੋਪ ਲੱਗੇ ਆ ਅਕਾਲੀ ਦਲ ਤੇ। ਬੜੇ ਅਫਸੋਸ ਦੀ ਗੱਲ ਹੈ ਕਿ ਉਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਪਹਿਲਾਂ ਵਿਕਾਸ ਦੀ ਗੱਲ ਕਰਦੀਆਂ ਸਨ, ਜਿਹੜੀਆਂ ਗਰੀਬਾਂ ਦੀ ਗੱਲ ਕਰਦੀਆਂ ਸਨ, ਜਿਹੜੀਆਂ ਲੋਕਾਂ ਦੇ ਭਲੇ ਦੀ ਗੱਲ ਕਰਦੀਆਂ ਸਨ, ਅੱਜ ਉਹ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ, ਧਰਮ ਦੇ ਨਾਂ ਤੇ ਇਹੋ ਜਿਹੀਆਂ ਮੂਰਖਤਾਨਾ ਗੱਲਾਂ ਕਰਕੇ ਅੱਜ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ। ਉਹ ਸ਼੍ਰੋਮਣੀ ਅਕਾਲੀ ਦਲ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਨੇ ਪੰਜਾਬ 'ਚ ਇਹੋ ਜਿਹੀਆਂ ਚੀਜ਼ਾਂ ਬਣਾਈਆਂ, ਵਿਰਾਸਤ ਏ ਖਾਲਸਾ ਬਣਾਇਆ, ਛੋਟਾ ਘੱਲੂਘਾਰਾ ਬਣਾਇਆ ਦੀ ਯਾਦਗਾਰ ਬਣਾਈ, ਵੱਡੇ ਘੱਲੂਘਾਰੇ ਦੀ ਯਾਦਗਾਰ ਬਣਾਈ, ਉਸ ਮਹਾਂ ਮੈਂ ਕਹਿੰਦਾ ਇੱਕ ਉਹ ਇਹੋ ਜਿਹੇ ਸਰਦਾਰ ਦੇ ਪੁੱਤ ਨੂੰ ਇਹ ਗੱਲ ਕਹਿਣੀ ਕਿ ਇਹਨੇ ਸਵਾਰੀ ਦੇ ਕੇ ਕਤਲ ਕਰਾਇਆ, ਇਹ ਬੇਵਕੂਫੀ ਹੈ, ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਕਰਦਿਆਂ। ਇਹਨਾਂ ਨੇ ਪਹਿਲਾਂ ਵੀ ਚੋਣਾਂ ਦੇ ਟਾਈਮ ਤੇ ਦੋਨਾਂ ਪਾਰਟੀਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ, ਅੱਜ ਫਿਰ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਆਉਣ ਵਾਲਾ ਸਮਾਂ ਜਿਹੜਾ ਇਹਨਾਂ ਨੂੰ ਕਦੇ ਬਖਸ਼ੇਗਾ ਨਹੀਂ। ਭੁੱਲਰ ਸਾਹਿਬ, ਬਿਲਕੁਲ ਬਹੁਤ ਵੱਡੇ ਆਰੋਪ ਲੱਗੇ ਆ ਜਿਹੜੇ ਹੈਗੇ, ਦੋਨੇ ਪਾਰਟੀਆਂ ਮਿਲੀਆਂ ਹੋਈਆਂ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਆ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਣ ਵਾਲੀ, ਇਹ ਦੋਸ਼ ਲੱਗ ਰਹੇ ਨੇ, ਕੀ ਕਹਿਣਾ? ਦੋਸ਼ ਲਾਉਣਾ ਆਮ ਆਦਮੀ ਪਾਰਟੀ ਦੀ ਫਿਦਰਤ ਆ। ਇਹਨਾਂ ਦਾ ਇੱਕ ਏਜੰਡਾ ਰਿਹਾ ਕਿ ਮੁੱਦੇ ਤੋਂ ਗੱਲ ਨੂੰ ਭੜਕਾਉਣਾ, ਹਮੇਸ਼ਾ ਹੀ ਇਹਨਾਂ ਦੀ ਰਾਜਨੀਤੀ ਇਹੀ ਇਸੇ ਮੁੱਦੇ ਦੇ ਉੱਪਰ ਹਮੇਸ਼ਾ ਹੀ ਝੂਠ ਤੇ ਆਧਾਰਿਤ ਰਹੀ ਆ। ਇਹ ਕੀ ਕਹਿਣਗੇ ਗੁਰੂ ਗ੍ਰੰਥ ਸਾਹਿਬ ਬਾਰੇ? ਇਹਨਾਂ ਦੇ ਤਾਂ ਕੁਰਾਨ ਸ਼ਰੀਫ ਨੂੰ ਫੂਕਣ ਦੇ ਵਿੱਚ MLA ਦੇ ਉੱਪਰ ਦੋਸ਼ ਲੱਗੇ ਆ, ਪਰਚਾ ਦਰਜ ਹੋਇਆ, ਇਹ ਕੀ ਕਹਿਣਗੇ ਗੁਰੂ ਗ੍ਰੰਥ ਸਾਹਿਬ ਬਾਰੇ? ਇਹ ਹਰ ਸਿੱਖ ਜਾਣਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਕਾਤਲ ਤੇ ਚਾਹੇ ਉਹ ਬੁਰਜ ਜਵਾਰ ਕੇ ਦੇ ਜਿੱਥੇ ਜਿੱਥੇ ਵੀ ਬੇਅਦਬੀ ਹੋਈ ਕਾਂਗਰਸ ਸਰਕਾਰ ਨੇ ਸਾਰੇ ਫੜ ਕੇ ਅੰਦਰ ਦਿੱਤੇ ਆ। ਅੱਗੇ ਕਿਹੜੇ ਮਗਰਮੱਛ ਆ? ਉਹਨਾਂ ਦੇ ਉੱਪਰ ਇਨਕੁਆਇਰੀ ਚੱਲ ਰਹੀ ਆ, ਕੋਰਟ ਦਾ ਪ੍ਰੋਸੀਜਰ ਆ, ਪ੍ਰੋਸੀਜਰ ਪੂਰਾ ਹੋਊਗਾ, ਔਰ ਉਹ ਸਾਰੇ ਦੇ ਸਾਰੇ ਜਿਹੜੇ ਕਾਤਲ ਆ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਦੀ ਸ਼ਹਿ ਤੇ ਹੋਇਆ, ਉਹ ਵੀ ਸਾਰੇ ਅੰਦਰ ਹੋਣ। ਬਿਲਕੁਲ, ਜਿਹੜੀ ਗੱਲ ਕੀਤੀ ਇਹਨਾਂ ਨੇ ਜਿਹੜੀ ਹੈਗੀ ਆ ਵੀ ਕੋਰਟ ਦੇ ਇਹਨਾਂ ਨੂੰ ਜਿਹੜਾ ਹੈਗਾ ਪੂਰਾ ਭਰੋਸਾ ਹੈ ਵੀ ਜੋ ਵੀ ਫੈਸਲਾ ਆਵੇਗਾ ਉਸ ਤੇ ਜਿਹੜੀ ਹੈਗੀ ਆ ਇਹ ਸਹਿਮਤ ਹੋਣਗੇ। ਗੱਲ ਕਰੀਏ ਹੁਣ ਜਿਹੜੀ ਹੈਗੀ ਆ ਕੈਪਟਨ ਸਰਕਾਰ ਵੱਲੋਂ ਜਦੋਂ
ਆਉਣ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਜਿਹੜੀ ਮਾਈਨਿੰਗ ਆ ਜਾਂ ਮਾਈਨਿੰਗ ਮਾਫੀਆ ਗੁੰਡਾ ਪਰਚੀ ਬੰਦ ਕੀਤੀ ਜਾਵੇਗੀ। 2.5 ਸਾਲਾਂ ਦੇ ਵਿੱਚ ਜਿਹੜਾ ਹੈਗਾ ਇਹਦੇ 'ਤੇ ਕੀ ਕੀਤਾ ਸਰਕਾਰ ਨੇ? ਤੁਸੀਂ ਦੇਖਿਆ ਹੋਣਾ ਪੰਜਾਬ ਸਰਕਾਰ ਨੇ ਜਦੋਂ ਜਿੰਨੀਆਂ ਬੋਲੀਆਂ ਹੋਈਆਂ, ਜਿੰਨੀਆਂ ਬੋਲੀਆਂ ਮਾਈਨਿੰਗ ਦੀਆਂ ਹੋਈਆਂ ਓਪਨਲੀ ਬੋਲੀਆਂ ਹੋਈਆਂ, ਪਹਿਲੀ ਵਾਰ ਆ ਕਿ ਓਪਨਲੀ ਬੋਲੀ ਹੋਈ ਆ। ਨਹੀਂ ਅੱਗੇ ਇੱਕ ਕਮਰੇ 'ਚ ਬੈਠ ਕੇ ਫੈਸਲਾ ਹੋ ਜਾਂਦਾ ਤਾ ਕਿ ਆਹ ਜ਼ਿਲ੍ਹਾ ਇਹਦੇ ਕੋਲ, ਆਹ ਇਹਦੇ ਕੋਲ, ਓਪਨ ਬੋਲੀ ਹੋਈ ਆ ਕਿ ਕੋਈ ਬੰਦਾ ਕਿੱਥੋਂ ਵੀ ਆਨਲਾਈਨ ਬੋਲੀ ਦੇ ਸਕਦਾ, ਕਿਸੇ ਦਾ ਚਿਹਰੇ ਨਹੀਂ ਆਊਗਾ, ਕੋਈ ਬੰਦਾ ਜਿੱਥੋਂ ਮਰਜ਼ੀ ਬੋਲੀ ਦੇ ਕੇ ਲੈ ਸਕਦਾ। ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਖੱਡਾਂ ਹੋਈਆਂ ਆਪਸ਼ਨ ਹੋਈ ਆ ਬੋਲੀ ਦੇ ਉੱਪਰ ਹੋਈਆਂ, ਇੱਕ ਨੰਬਰ ਦੀ ਬੋਲੀ ਹੋਈ ਆ, ਆਨਲਾਈਨ ਬੋਲੀ ਹੋਈ ਆ। ਇਹ ਨਹੀਂ ਆ ਵੀ ਕਿਸੇ ਦੇ ਨਿੱਜੀ ਦਬਾਅ 'ਚ ਹੋਗੀ, ਕਿਸੇ ਦੇ ਕਹਿਣ 'ਤੇ ਹੋਗੀ ਆ, ਔਰ ਪੂਰੀ ਜਿਹੜੀ ਆ ਲੀਗਲ ਤਰੀਕੇ ਦੇ ਨਾਲ ਉਹਨੂੰ ਮਾਈਨਿੰਗ ਜਿਹੜੀ ਆ ਉਹ ਸਿਸਟਮ ਦੇ ਵਿੱਚ ਚੱਲ ਰਹੀ ਆ। ਲੋਕਾਂ ਦਾ ਆਰੋਪ ਆ ਕਿ ਜਿਹੜਾ ਹੈਗਾ ਹੁਣ ਸਤੰਬਰ ਮਹੀਨਾ ਜਿਹੜਾ ਹੈਗਾ ਬਰਸਾਤਾਂ ਨੂੰ ਦੇਖਦੇ ਹੋਏ ਜਿਹੜੀ ਹੈਗੀ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਰੋਕ ਲਗਾਈ ਗਈ ਆ ਵੀ ਮਾਈਨਿੰਗ ਬਿਲਕੁਲ ਨਹੀਂ ਕੀਤੀ ਜਾ ਸਕਦੀ, ਉਸ ਦੇ ਬਾਵਜੂਦ ਵੀ ਜਿਹੜੇ ਛਰੇ ਆ ਮਾਈਨਿੰਗ ਦੇ ਟਰੱਕ ਚੱਲਦੇ ਆ, ਗੁੰਡਾ ਪਰਚੀ ਜਗ੍ਹਾ ਜਗ੍ਹਾ ਜਿਹੜੀ ਹੈਗੀ ਕੱਟੀ ਜਾ ਰਹੀ ਹੈ, ਕੀ ਕਹਿਣਾ? ਬਿਲਕੁਲ ਜਿਹੜੇ ਦੋਸ਼ ਆ ਝੂਠੇ ਨੇ। ਮਾਈਨਿੰਗ ਜੇ ਅਗਰ ਚੱਲਦੀ ਹੁੰਦੀ ਤਾਂ ਪ੍ਰੋਪਰ ਜਿਹੜੇ ਰੋਪੜ 'ਚ ਹੜ੍ਹ ਆਏ ਆ ਤਾਂ ਨਦੀਆਂ ਸਾਫ਼ ਹੁੰਦੀਆਂ, ਦਰਿਆ ਸਾਫ਼ ਹੁੰਦੇ, ਹੜ੍ਹ ਨਾ ਆਉਂਦੇ। ਜੇ ਮਾਈਨਿੰਗ ਚੱਲਦੀ ਹੁੰਦੀ ਤਾਂ ਰਸਤੇ ਆਟੋਮੈਟਿਕ ਪਾਣੀ ਦੇ ਬਹੁਤ ਚੱਲਦੇ ਹੋਣੇ ਸੀਗੇ। ਇਹ ਇਸੇ ਕਰਕੇ ਆ ਕਿਉਂਕਿ ਉਹ 2-3-4 ਸਾਲ ਦੇ ਵਿੱਚ ਜਿਹੜਾ ਉੱਥੇ ਰੁਕਾਵਟ ਆਈ ਆ, ਪੌਦੇ ਬੂਟੇ ਜੰਮੇ ਆ, ਝੂਠ ਝਾੜ ਜੰਮੇ ਆ। ਜੇ ਮਾਈਨਿੰਗ ਚੱਲਦੀ ਹੁੰਦੀ ਤਾਂ ਰਸਤੇ ਪਾਣੀ ਦੇ ਬਹੁਤ ਸਹੀ ਹੁੰਦੇ, ਹੜ੍ਹ ਨਾ ਆਉਂਦੇ। ਬਿਲਕੁਲ ਜੀ, ਗੱਲ ਕਰਦੇ ਹਾਂ ਮਾਈਨਿੰਗ ਨੂੰ ਲੈ ਕੇ, ਕੀ ਕਹਿਣਾ, ਕੀ ਨਾਮ ਆ ਜੀ ਆਪਣਾ? ਸਰਬਜੀਤ ਸਿੰਘ ਨੇ ਮਾਈਨਿੰਗ ਨੂੰ ਲੈ ਕੇ ਜਿਹੜੀ ਗੱਲ ਕੀਤੀ, ਕਿੰਨਾ ਸਹਿਮਤ? ਦੇਖੋ, ਜਿਹੜੇ ਨੇੜੇ ਤੇੜੇ ਹੜ੍ਹ ਆਏ ਆ, ਅਗਰ ਉੱਥੇ ਪ੍ਰੋਪਰ ਸਫਾਈ ਹੁੰਦੀ, ਉਹ ਮਿੱਟੀ ਲੋਕਾਂ ਨੂੰ ਚੱਕ ਲੈਣ ਦਿਓ, ਰੇਤਾ ਲੋਕਾਂ ਨੂੰ ਚੱਕ ਲੈਣ ਦਿਓ, ਕਾਹਨੂੰ ਐਵੇਂ ਇੰਨਾ ਖਰਚਾ ਕਰਦੇ ਆ? ਤੇ ਦੂਜੀ ਗੱਲ ਹੈਗੀ ਗੁੰਡਾ ਪਰਚੀ ਦੀ, ਅੱਜ ਵੀ ਗੁੰਡਾ ਪਰਚੀ ਲੱਗ ਰਹੀ ਆ। ਪਹਿਲਾਂ ਗੁੰਡਾ ਪਰਚੀ ਲੁਕ ਛਿਪ ਕੇ ਲੱਗਦੀ ਸੀ, ਹੁਣ ਤਾਂ ਸ਼ਰੇਆਮ ਲੱਗ ਰਹੀ ਆ। ਜਿਹੜਾ ਵੀ ਕ੍ਰਸ਼ਰ ਇੰਡਸਟਰੀ ਨਾਲ ਸੰਬੰਧਿਤ ਉਹਨਾਂ ਸਾਰੇ ਲੋਕਾਂ ਨੂੰ ਪਤਾ ਏ, ਜਦੋਂ ਵੀ ਗੱਡੀ ਉੱਥੋਂ ਕੋਈ ਬਜਰੀ ਦੀ ਰੇਤੇ ਦੀ ਆਉਂਦੀ ਆ, 400 ਰੁਪਏ ਸੈਕਿੰਡ ਦੇ ਹਿਸਾਬ ਨਾਲ ਗੁੰਡਾ ਪਰਚੀ ਅੱਜ ਵੀ ਵਸੂਲ ਕੀਤੀ ਜਾਂਦੀ ਹੈ। ਮਾਈਨਿੰਗ ਨੂੰ ਲੈ ਕੇ ਜੀ ਹੋਰ ਕਿਸੇ ਦਾ ਸਵਾਲ? ਹਾਂਜੀ, ਕੀ ਕਹਿਣਾ ਚਾਹੁੰਦੇ? ਚੈੜੀਆਂ ਜੀ, ਸਾਡੇ ਨਾਲ ਕਾਕਰੋਂ ਪਿੰਡ ਮੰਦਵਾੜਾ ਦੇ ਨਾਲ ਮੋਹਾਲੀ ਦਾ ਸਲੇਮਪੁਰ ਪਿੰਡ ਲੱਗਦਾ ਹੈ, ਉੱਥੇ ਸ਼ਰੇਆਮ ਬਿਲਕੁਲ ਮਾਈਨਿੰਗ ਹੋ ਰਹੀ ਹੈ ਦਿਨ ਰਾਤ। ਕੰਮ ਤੇ ਕੰਮ ਰੋਜ਼ 100 ਟਰੱਕ ਨਿਕਲਦਾ ਹੈ ਤੇ 100 ਟਰੈਕਟਰ ਨਿਕਲਦਾ। ਕੀ ਗੱਲ, ਪ੍ਰਸ਼ਾਸਨ ਰੋਕਦਾ ਨਹੀਂ? ਬਿਲਕੁਲ ਜੀ, ਪ੍ਰਸ਼ਾਸਨ ਨਹੀਂ ਰੋਕਦਾ, ਪੁਲਿਸ ਨਹੀਂ ਰੋਕਦੀ, ਕੋਈ ਨਹੀਂ ਰੋਕ ਰਿਹਾ। ਸ਼ਰੇਆਮ ਹੋ ਰਿਹਾ, ਉਹ ਗੁੰਡਾ ਪਰਚੀ ਉੱਥੇ ਬੰਦੇ ਬੈਠੇ ਕੁਰਸੀ ਲੈ ਕੇ ਕੌਣ ਕਰਵਾ ਰਿਹਾ, ਕਿਹਦੀ ਸ਼ਹਿਰ ਤੇ ਹੋ ਰਿਹਾ? ਇਹ ਤਾਂ ਜੀ ਦੇਖੋ, ਅਸੀਂ ਜੋ ਸੁਣਦੇ ਹੋ ਤਾਂ ਸੁਣਿਆ ਕਿ ਇਹਦੇ ਵਿੱਚ ਭਾਜਪਾ ਦਾ ਹੱਥ। ਸਹੀ ਗੱਲ ਦੱਸੀਏ, ਜੋ ਲੋਕਾਂ ਤੋਂ ਸੁਣ ਰਹੇ, ਅਸਲੀਅਤ ਕੀ ਹੈ ਸਾਨੂੰ ਨਹੀਂ ਪਤਾ ਇਸ ਦੇ ਬਾਰੇ। ਸਰਕਾਰ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਹੈ ਜਿਹੜੀ ਹੈਗੀ, ਹੁਣ ਇਹ ਸਾਨੂੰ ਇਸ ਦੇ ਬਾਰੇ ਜੀ ਕਹਿ ਲੇਕਿਨ? ਹਾਂਜੀ ਹਾਂਜੀ, ਕੀ ਨਾਮ ਹੈ? ਮੇਰਾ ਨਾਮ ਕਮਲਜੀਤ ਸਿੰਘ ਹੈ ਜੀ। ਇੱਕ ਮਿੰਟ ਪਲੀਜ਼, ਜਿਹੜੀ ਸ਼ਾਂਤੀ, ਇੱਕ ਮਿੰਟ ਸ਼ਾਂਤੀ ਰੱਖੋ ਜੀ। ਕੀ ਨਾਮ ਹੈ? ਇੱਕ ਮਿੰਟ, ਉਹ ਭਾਈ ਸੁਣ ਲਓ, ਇੱਕ ਮਿੰਟ, ਇੱਕ ਮਿੰਟ ਜੀ, ਇੱਕ ਮਿੰਟ। ਭੁੱਲਰ ਸਾਹਿਬ ਨੇ ਕਿਹਾ ਕੋਈ ਗੁੰਡਾ ਪਰਚੀ ਨੇ, ਭੁੱਲਰ ਸਾਹਿਬ ਰੋਪੜ ਦੇ ਵਿੱਚ ਰਹਿੰਦੇ ਆ, ਠੀਕ ਹੈ ਨਾ। ਮੈਨੂੰ ਇਹਨਾਂ ਦਾ ਗੁੰਡਾ ਪਰਚੀ ਜਿਹੜੇ ਉੱਥੇ ਬਿਠਾਏ ਹੋਏ ਨਾ ਮੁੰਡੇ, ਉਹ ਮੈਨੂੰ ਇੱਕ ਮਿਲਿਆ ਵੀਰ ਅੰਮ੍ਰਿਤਸਰ ਦਾ, ਮੇਰੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਆਇਆ। ਉਹਨੇ ਮੈਨੂੰ ਦੱਸਿਆ, ਕਹਿੰਦਾ ਮੈਂ ਰਾਤ ਦੀ ਡਿਊਟੀ ਕਰਕੇ ਆਇਆ, ਰੈਲਟੀ ਵਾਲੇ ਆ। ਮੈਂ ਕਿਹਾ ਉਹ ਕਿਹੜੇ ਗੁੰਡਾ ਪਰਚੀ? ਕਹਿੰਦਾ ਹਾਂਜੀ ਉਹੀ ਆ ਅਸੀਂ। ਇੱਥੇ ਟੱਪਰੀਆਂ ਉਹਨਾਂ ਨੂੰ ਕੋਠੀ ਲੈ ਕੇ ਦਿੱਤੀ ਵੀ ਖਾਣਾ ਪੀਣਾ ਹੋਰ ਸਾਰਾ ਨਸ਼ਾ ਪੱਤਾ ਉਹਨਾਂ ਨੂੰ ਮਿਲਦਾ ਫ੍ਰੀ, ਸਾਰਾ ਕੁਛ ਦਿੱਤਾ ਹੋਇਆ, ਪੈਸੇ ਵੀ ਮਿਲਦੇ ਹੋਣਗੇ 400 ਰੁਪਏ। ਹੁਣ ਸਿਸਟਮ ਕੀ ਕੀਤਾ, 400 ਰੁਪਈਆ ਸੈਕਿੰਡ ਦਾ ਗੁੰਡਾ ਪਰਚੀ ਜਿਹੜੀ ਨਾ, ਜਿਹੜੇ ਕ੍ਰਸ਼ਨ ਵਾਲੇ, ਕਿਉਂਕਿ ਉਹ ਨਜਾਇਜ਼ ਮਾਈਨਿੰਗ ਕਰਦੇ, ਉਹ ਵੀ ਨਜਾਇਜ਼ ਲੈ ਕੇ ਆਉਂਦੇ ਹੋ, ਉੱਥੇ ਹੀ ਨਾ ਪੈਸੇ ਤਾਂ ਰੱਖ ਲੈਂਦੇ ਹੋ। ਉਹ ਇੱਕ ਕੋਡ ਬਣਾ ਕੇ ਪਰਚੀ ਦੇ ਦਿੰਦਾ, ਇਹ ਪ੍ਰੂਫ ਮੈਂ ਤੁਹਾਨੂੰ ਦੇ ਦੂੰਗਾ, ਮੇਰਾ ਇੱਕ ਨਾਲ ਦਾ ਗੁਆਂਢੀ ਲੈ ਕੇ ਨਾਲ, ਮੈਂ ਤੁਹਾਨੂੰ ਦੱਸਦਾ। ਤੁਸੀਂ ਉਹ ਸੁਣੋ, ਸੋਈ ਮੈਂ ਸੁਣ ਲਓ, ਭੁੱਲਰ ਸਾਹਿਬ, ਭੁੱਲਰ ਸਾਹਿਬ ਤੁਹਾਡੇ ਕੋਲ ਆਉਂਦੇ ਪਰਚੀ ਹੈ ਨਾ, ਉਹ ਆਪਣੀ ਕੋਡ ਬਣਾ ਕੇ ਕੋਈ ਦੇਣ ਦਾ, ਉਹ ਬੈਠੇ ਆ ਮੀਆਂਪੁਰ ਬੰਦੇ, ਉਹ ਲੈ ਕੇ ਆਇਆ ਸੀਗਾ ਇਹਨਾਂ ਦੇ ਕੋਲ ਕਿੱਥੇ ਭੱਦੜ ਤੋਂ ਲੈ ਕੇ ਆਇਆ ਸੀਗਾ ਇੱਕ ਟਰਾਲੀ, 800 ਰੁਪਈਆ ਉੱਥੋਂ ਫਾਲਤੂ ਲੈ ਲਓ, ਪਰਚੀ ਕੋਡ ਬਣਾ ਕੇ ਦੇ ਦਿੱਤੀ। ਉਹ ਪਰਚੀ ਉਹਨਾਂ ਨੇ ਫੜ ਕੇ ਰੱਖ ਲਈ,
ਉਹ ਕੀ ਕਰਦੇ ਆ, ਪਰਚੀਆਂ ਇਕੱਠੀਆਂ ਕਰਦੇ ਆ, ਜਿਹੜੇ ਕਰੈਸ਼ਰ ਦੀ ਪਰਚੀ ਉੱਥੋਂ ਸ਼ਾਮ ਨੂੰ ਆਪਣੇ ਜਾ ਕੇ ਪੈਸੇ ਉਹਨੇ ਵਸੂਲ ਕਰ ਲੈਂਦੇ। ਇਹ ਸਿਸਟਮ ਚੱਲਦਾ ਹੈ ਭੁੱਲਰ ਸਾਹਿਬ, ਜੋ ਮਰਜ਼ੀ। ਬਿਲਕੁਲ ਜੀ, ਸਿੱਧੇ ਆਰੋਪ ਲੱਗ ਰਹੇ ਆ, ਗੁੰਡਾ ਪਰਚੀ ਦੇ ਸਿੱਧੇ ਆਰੋਪ ਲੱਗ ਰਹੇ, ਨਜਾਇਜ਼ ਮਾਈਨਿੰਗ ਦੇ ਗੱਲ ਕਰ। ਭੁੱਲਰ ਸਾਹਿਬ ਦੇਖ ਕੇ ਸੁਣਿਆ ਤੁਸੀਂ ਲੋਕਾਂ ਦੀ ਗੱਲ? ਇਹ ਦਾ ਕੰਮ ਸਾਰਾ, ਇਹ ਵੀ ਉਹਨਾਂ ਕਿਹਾ ਮੈਨੂੰ, ਇਹਨਾਂ ਦਾ ਹੀ ਬੰਦਾ ਸੀਗਾ ਪੋਲਿਟੀਕਲ ਦਾ, ਕੈਪਟਨ ਦੇ ਮੁੰਡੇ ਦਾ, ਕਹਿੰਦਾ ਸਾਰਾ ਉੱਪਰ ਤੇ ਚੱਲ ਰਿਹਾ ਜੀ। ਹਾਂਜੀ, ਭੁੱਲਰ ਸਾਹਿਬ ਕੀ ਜਵਾਬ ਆ ਤੁਹਾਡਾ? ਇਹ ਤਾਂ ਜੀ ਆਮ ਆਦਮੀ ਪਾਰਟੀ ਦਾ ਇੱਕ ਏਜੰਡਾ, ਪਹਿਲਾਂ ਵੀ ਦੱਸਤਾ ਜਿੰਨੇ ਇਹਨਾਂ ਦੇ ਵਲੰਟੀਅਰ ਖੜੇ, ਪੁੱਛੋ ਵੀ ਕਿਹੜੀ ਪਾਰਟੀ ਨੂੰ ਸੰਬੰਧ ਰੱਖਦੇ ਆ। ਇਹਨਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਆ, ਇੱਕ ਨਿਕਾਤੀ ਇਹਨਾਂ ਦਾ ਪ੍ਰੋਗਰਾਮ ਆ ਕਿ ਝੂਠ ਬੋਲਣਾ, ਝੂਠ ਦੀ ਰਾਜਨੀਤੀ ਕਰਨੀ। ਇਹ ਕਹਿੰਦੇ ਪਰਚੀ ਦਿਖਾ ਦਿੰਦੇ ਆ, ਲਿਆ ਕੇ ਦਿਖਾਓ ਪਰਚੀ। ਕਰੈਸ਼ਰਾਂ ਮਾਲ, ਕਰੈਸ਼ਰਾਂ ਦੀ ਗੱਲ ਕਰਦੇ ਆ, ਕਰੈਸ਼ਰਾਂ ਦੀ ਗੱਲ ਕਰਦੇ ਆ। ਮੈਂ ਖੁਦ ਕਰੈਸ਼ਰ ਇੰਡਸਟਰੀ ਨਾਲ ਸੰਬੰਧ ਰੱਖਦਾ, ਸਾਡੇ ਇਹੋ ਜਿਹਾ ਕੋਈ ਸਿਸਟਮ ਨਹੀਂ। ਅੱਜ ਵੀ ਮੈਂ ਫੂਲ ਪਿੰਡ ਦੇ ਵਿੱਚ ਉੱਥੇ ਜਿਹੜੇ ਹੜ੍ਹਾਂ ਨਾਲ ਪੀੜਿਤ ਪਰਿਵਾਰ, ਉਹਨਾਂ ਦੇ ਦੋ ਘਰਾਂ ਦਾ ਲੈਂਟਰ ਪੈ ਰਿਹਾ, ਦੋ ਗੱਡੀਆਂ ਹੀ, ਕਿਸੇ ਨੂੰ ਪੁੱਛ ਲਓ ਦੋਤੇ ਕਹਿੰਦੇ ਬੁੰਡਾ ਪਰਚੀ ਦਾ ਪੈਸਾ ਲਿਆ। ਇਹ ਸ਼ਰਾ ਸ਼ਰ ਇੱਕ ਝੂਠੇ ਇਲਜ਼ਾਮ ਨੇ, ਬੇਬੁਨਿਆਦ ਇਲਜ਼ਾਮ ਇਹਨਾਂ ਵੱਲੋਂ ਲਾਏ ਜਾ ਰਹੇ ਨੇ। ਚਲੋ ਇਸ ਤੇ ਅੱਗੇ ਅਗਲੇ ਮੁੱਦੇ ਤੇ ਚੱਲਦੇ, ਗੱਲ ਕਰਦੇ ਆ ਕੈਪਟਨ ਸਰਕਾਰ ਵੱਲੋਂ ਜਿਹੜੀ ਹੈਗੀ ਆ, ਵਾਅਦਾ ਕੀਤਾ ਗਿਆ ਸੀਗਾ ਕਿ ਪੈਨਸ਼ਨ ਜਿਹੜੀ ਹੈਗੀ 750-2500 ਕੀਤੀ ਜਾਵੇਗੀ, ਸਗਨ ਸਕੀਮ 51,000 ਕਰਨ ਦਾ ਵਾਅਦਾ ਕੀਤਾ ਗਿਆ ਸੀ, ਕਿੰਨਾ ਪੂਰਾ ਕੀਤਾ? ਇਹ ਵਾਅਦੇ ਸਾਡੇ ਵੱਲੋਂ ਜਿਹੜੇ ਆ, ਪਹਿਲਾਂ ਤੁਸੀਂ ਦੇਖਿਆ ਹੋਣਾ 10 ਸਾਲ ਅਕਾਲੀ ਸਰਕਾਰ ਰਹੀ, ਸਿਰਫ 250 ਤੋਂ 10ਵੇਂ ਸਾਲ ਜਾਂਦੇ ਹੋਏ ਉਹਨਾਂ ਨੇ 500 ਰੁਪਏ ਬੁਢਾਪਾ ਪੈਨਸ਼ਨ ਕੀਤੀ ਆ। ਸਾਡੀ ਸਰਕਾਰ ਨੇ ਆਉਂਦੇ ਸਾਰੇ 500 ਤੋਂ 750 ਰੁਪਏ ਬੁਢਾਪਾ ਪੈਨਸ਼ਨ ਕੀਤੀ ਆ, ਔਰ 2500 ਦਾ ਵਾਅਦਾ ਹਾਲੇ 2.5 ਸਾਲ ਪਏ ਆ। ਇਹ ਨਹੀਂ ਕਿਹਾ ਤਾ ਵੀ ਅੱਜ ਅਸੀਂ ਆਉਂਦੇ ਸਾਰੇ 2500 ਲਾ ਦਾਂਗੇ, 2.5 ਸਾਲ ਪਏ ਆ, ਅਸੀਂ 2500 ਦਾ ਵਾਅਦਾ ਕਰਿਆ ਪੂਰਾ ਕਰਕੇ ਜਾਵਾਂਗੇ। ਸੁਣਿਆ ਤੁਸੀਂ ਜਿਹੜਾ ਹੈਗਾ 2.5 ਸਾਲ ਕਿਹੋ ਜਿਹਾ ਹਾਲ ਲੋਕਾਂ ਦੀ ਗੱਲਬਾਤ ਤੇ ਰਾਜਨੀਤਿਕ ਲੀਡਰਾਂ ਦੀ ਜਿਹੜੀ ਹੈਗੀ ਗੱਲਬਾਤ ਕਿਸ ਤਰ੍ਹਾਂ ਜਿਹੜੇ ਹੈਗੀ ਆ, ਸਰਕਾਰ ਜਿਹੜੀ ਲੋਕਾਂ ਦੀ ਉਮੀਦਾਂ ਤੇ ਖਰੀ ਨਹੀਂ ਉਤਰੀ, ਤੇ ਹੁਣ ਬਾਕੀ ਬਚਦੇ 2.5 ਸਾਲ ਚ ਦੇਖਣਾ ਹੋਵੇਗਾ ਕਿ ਕੈਪਟਨ ਸਰਕਾਰ ਕਿਸ ਤਰ੍ਹਾਂ ਜਿਹੜੀ ਲੋਕਾਂ ਦੀਆਂ ਵਾਅਦੇ ਕੀਤੇ ਆ ਪੂਰੇ ਕਰਨ ਚ ਸਫਲ ਹੋਵੇਗੀ ਕਿ ਨਹੀਂ। ਰੂਪਨਗਰ ਤੋਂ ਸੱਜਣ ਸਨੀ, ਲਿਵਿੰਗ ਇੰਡੀਆ ਨਿਊਜ਼।